ਓਏ ਮੈਂ ਹੈਲਪ ਕਰਨ ਦਿਆ ਸਾਜ ਜੀ, ਹੈਲਪ ਕੀ ਤੂੰ ਇੱਟ ਚਕਾਉਣ ਲਿਆ ਮੈਨੂੰ? ਮੈਂ ਲੱਗਦਾ ਜੀ ਤਾਂ ਬੰਗਲਾਦੇਸ਼ ਦਾ ਪਲੇਅਰ ਨਹੀਂ ਬਿਜਲੀ ਠੀਕ ਕਰਨ ਆਇਆ। ਯੇ ਵਤਨ ਤੁਮਹਾਰਾ ਹੈ, ਤੁਮ ਹੋ ਪਾਸਬਾਂ ਇਸਕੇ, ਯੇ ਚਮਨ ਤੁਮਹਾਰਾ ਹੈ, ਤੁਮ ਹੋ ਗੁਲਸਤਾਂ ਇਸਕੇ। ਵੈਰੀ ਗੁੱਡ ਜੀ ਸਰ। ਅਸਲਾਮ ਵਾਲੇਕੁਮ ਨਾਜ਼ਰੀਨ, ਟੀ ਟਾਈਮ ਮੈਂ ਖੁਸ਼ ਆਮਦੀਦ ਜਨਾਬ ਜੀ। 14 ਅਗਸਤ ਬਹੁਤ ਬਹੁਤ ਮੁਬਾਰਕ, ਆਜ਼ਾਦੀ ਬਹੁਤ ਬਹੁਤ ਮੁਬਾਰਕ ਆਪਕੋ। ਔਰ ਕਿਆ ਕਹਤੇ ਉਸ, ਚਲੋ ਇੱਕ ਮਿੰਟ ਯਾਰ ਨਾਜ਼ਰੀਨ, ਮੈਂ ਤੇਰਾ ਲੈਵਲ ਥੋੜ੍ਹਾ ਉੱਚਾ ਕਰ ਲਾ ਰਿਕਾਰਡਿੰਗ। ਹੈਲੋ ਹੈਲੋ ਹੈਲੋ, ਓਕੇ। ਅਤੇ ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ 14 ਅਗਸਤ ਜੀ। ਔਰ ਜਨਾਬ ਜੀ, ਯਾਰ ਇੱਕ ਮਿੰਟ ਠਹਿਰ ਜਾ, ਕਾਲੂ ਸਾਹਿਬ ਠਹਿਰ ਜਾਓ। ਲੈ ਦੱਸ, ਥ੍ਰੀ ਫੰਟਾ ਇੱਕ ਫਿਲਮ ਆਈ ਸੀ, ਥ੍ਰੀ ਫੰਟਾਸਟਿਕ ਫੀਮੇਲਸ, ਤਿੰਨ ਕੁੜੀਆਂ ਦੀ, ਅੱਜ ਤੋਂ 20 ਸਾਲ ਪਹਿਲੇ। ਉਹ ਜਿਹੜੀ ਵਿੱਚ ਗਬਲੀ ਕੁੜੀ ਹੁੰਦੀ ਨਾ, ਉਹ ਉਹਨੇ ਇੱਦਾਂ ਦਾ ਪਾਇਆ ਉਹਨਾਂ ਨਿਜ਼ਾਮ, ਠੀਕ ਹੈ, ਉਹਦਾ ਮੁੰਡਾ ਲੱਗ ਰਿਹਾ ਮੈਨੂੰ ਇਹ। ਅੱਛਾ ਜੀ, ਲਓ ਜੀ ਨਾਜ਼ਰੀਨ, ਅਸੀਂ ਸਾਰੇ ਬੈਠੇ ਹਾਂ ਇਸ ਟਾਈਮ। ਇਹ ਮੇਰਾ ਸੂਟ ਜਿਹੜਾ ਨਾ, ਇਹ ਅੱਜ ਸੱਚੀ ਮੁੱਚੀ ਵਾਲੀ ਗੱਲ ਇਹ ਆ ਕਿ ਅੱਜ ਨਾ 12 ਅਗਸਤ ਆ। ਸਸਪੈਂਸ ਵੀ ਹੁੰਦਾ ਸਰ। ਨਹੀਂ ਨਹੀਂ, ਅੱਜ 14 ਅਗਸਤ ਆ ਤੁਹਾਡੇ ਹਿਸਾਬ ਨਾਲ, ਤੁਸੀਂ 14 ਅਗਸਤ ਨੂੰ ਵੇਖ ਰਹੇ ਹੋ, ਲੇਕਿਨ ਆਹ ਜਿਹੜਾ ਇਸ ਟਾਈਮ ਅਸੀਂ ਬੈਠੇ ਹਾਂ ਨਾ, ਇਹ 12 ਅਗਸਤ ਆ। ਸੁਬਹਾ 9 ਵਜੇ ਮੈਂ ਗਿਆ ਐਕਸਪੀਰੀਅਰ ਕਾਲਜ, ਸ਼ੋਅ ਕੀਤਾ ਇਹੀ ਕੱਪੜੇ ਪਾ ਕੇ, ਠੀਕ ਆ ਜੀ, ਬੱਚਿਆਂ ਦੇ ਨਾਲ। ਉਸ ਤੋਂ ਬਾਅਦ ਆ ਕੇ ਇੱਕ ਅਸੀਂ ਟੀ ਟਾਈਮ ਅੰਦਰ ਕੀਤਾ 14 ਅਗਸਤ ਵਾਲਾ, ਜਿਹੜਾ ਮੈਂ ਤੁਹਾਨੂੰ ਦੱਸਿਆ ਤੁਸੀਂ। ਨਹੀਂ, ਉਹ ਤੁਸੀਂ ਕੱਲ੍ਹ ਦੇਖਣਾ, ਹਲੇ ਕੱਲ੍ਹ ਦੇਖਣਾ ਤੁਸੀਂ 15 ਅਗਸਤ 15 ਅਗਸਤ ਨੂੰ ਤੁਸੀਂ ਦੇਖਣਾ। ਅਤੇ ਲਿਆਦਾ ਮਤਲਬ ਇਹ ਆ ਕਿ ਇੱਕੋ ਹੀ ਜਿਹੜਾ ਨਾ ਦਿਨ 'ਚ ਮੈਂ 3 ਸ਼ੋਅ ਕੀਤੇ ਐਸੇ ਸੂਟ ਦੇ ਨਾਲ। ਇਸ ਤੋਂ ਤੁਸੀਂ ਇਹ ਨਾ ਸਮਝਣਾ ਵੀ ਯਾਰ ਹਰ ਸ਼ੋਅ 'ਚ ਇਹਨੇ ਇੱਕੋ ਹੀ ਸੂਟ ਪਾਇਆ ਹੁੰਦਾ, ਪਤਾ ਨਹੀਂ ਇੱਕੋ ਹੀ ਅੱਜ ਕੋ, ਇਹ ਰੌਲਾ ਨਹੀਂ ਹੈਗਾ। ਇਹਨਾਂ ਨੂੰ ਮੈਂ 50-50 ਸ਼ਰਟਾਂ ਲੈਤੀਆਂ ਸੀ, ਕਿਉਂਕਿ ਮੈਂ ਕਿਹਾ ਯਾਰ ਇਹ ਖੁਸ਼ ਹੋ ਜਾਣ, ਇਹ ਰਾਜ਼ੀ ਹੋ ਜਾਣ। ਕਿਹਨੂੰ? ਤੂੰ ਲਾਹੌਰ ਸੀ, ਤੈਨੂੰ ਨਹੀਂ, ਇਹ ਵੀ ਲਾਹੌਰ ਸੀ, ਇਹਨੂੰ ਮੇਰੀਆਂ ਅਤੇ ਮੇਰੇ ਛੋਟੇ ਭਰਾ ਦੀਆਂ। ਮੇਰੀਆਂ ਵੀ ਨਹੀਂ ਆਈਆਂ ਉਸਤਾਦ ਜੀ, ਅਤੇ ਮੇਰੀਆਂ ਉਸਤਾਦ ਜੀ ਰੱਖ ਹੀ ਲੈਂਦੇ। ਮੇਰੀਆਂ 6 ਸ਼ਰਟਾਂ ਆਈਆਂ ਬਸ, ਲੈ ਕੇ ਦਿੱਤੀਆਂ, ਲੇਕਿਨ 5 ਮਿੰਟ ਤੂੰ ਵੀ ਨਹੀਂ ਸੀ ਹੈਗਾ ਤੈਨੂੰ, ਲੇਕਿਨ ਫਿਰ ਵੀ ਤੈਨੂੰ ਦਿੱਤੀਆਂ ਲੈ, ਇਹਨੂੰ ਵੀ ਉਹਨੂੰ ਵੀ ਸਾਰਾ ਲੈ। ਆਪ ਮੈਂ ਕਿਹਾ ਨਹੀਂ ਯਾਰ, ਖੈਰ ਆ ਯਾਰ, ਵਾਹ, ਔਲਾਦ ਸਾਡੀ ਖੁਸ਼ ਹੋ ਜਾਵੇ, ਸਾਡੀ ਖੈਰ। ਉਸਤਾਦ ਜੀ ਅੰਦਰ 150 ਸ਼ਰਟ ਦੀ ਕਤਾਰ ਲੱਗੀ, ਉਹ ਕਿਹਦੀਆਂ ਵਾ ਯਾਰ? ਉਹ ਮੈਂ 30-30 ਵਾਰੀ ਪਾ ਲਈ ਇੱਕ ਸ਼ੋਅ 'ਚ, ਮੈਂ ਉਹੀ ਰੋਜ਼, ਤੁਸੀਂ ਦੇਖ ਲਓ ਮੈਂ ਪਾ ਕੇ ਬਹਿ ਜਾਂਦਾ। ਉਹ ਤਾਂ ਵੰਡੋ, ਤੁਹਾਡੀ ਕਦੀ ਤਫੀਕ ਹੋਈ ਹੈ ਤੁਹਾਨੂੰ? ਚਲੋ 14 ਅਗਸਤ ਆ ਯਾਰ, ਮੈਂ ਅੱਜ ਕੀ, ਲੇਕਿਨ ਮੈਂ ਕਹਿ ਦਿੰਦਾ ਫਿਰ ਵੀ 14 ਅਗਸਤ ਦਾ, ਲੇਕਿਨ ਹੁਣ ਮੂੰਹ ਨਿਕਲੀ ਤੇ ਲੱਕੋ ਨਿਕਲਿਆ, ਢਿੱਡ ਘਰੋਂ ਨਿਕਲੀ ਕੁੜੀ, ਤੇ ਮੂੰਹ ਨਿਕਲੀ ਗੱਲ, ਤੇ ਜ਼ੰਜੀਰ ਚੋਂ ਨਿਕਲੀ ਤਲਵਾਰ, ਇਹ ਵਾਪਸ ਨਹੀਂ ਆਉਂਦੇ। ਵੈਰੀ ਗੁੱਡ, ਹੈ ਨਾ? ਜਿੰਨੀਆਂ ਸ਼ਾਵਾਂ ਕੱਢੀਆਂ ਤੁਸੀਂ, ਪਤਾ ਹੀ ਨਹੀਂ ਕਿਸੇ ਨੂੰ ਕਦੀ ਜ਼ਿੰਦਗੀ 'ਚ ਨਹੀਂ ਤੁਸੀਂ ਦੇਖਿਆ ਹੋਏਗਾ ਕਿ ਇਹਨਾਂ ਨੂੰ 4 ਸਾਲ ਹੋ ਗਏ ਆ, ਲੱਖਾਂ ਰੁਪਈਆ ਤਨਖਾਹ ਲੈ ਗਏ, ਕਦੀ ਮੇਰੇ ਵਾਸਤੇ ਕੋਈ ਚੀਜ਼। ਫਰੀਦ ਸਾਹਿਬ ਇੱਕ ਖੁੱਸਾ ਲੈ ਕੇ ਆਏ, ਮੈਂ ਸਵੇਰੇ ਪਾਇਆ ਮਦਾਰੀ ਆ, ਮੈਨੂੰ ਦੱਸ ਦਿਓ ਬਈ ਹੈ ਫੁੱਲ ਹਨ, ਛਿੱਲ ਦਿੱਤੇ ਉਹਨੇ ਮੇਰੇ ਪੈਰ। ਤੁਸੀਂ 14 ਅਗਸਤ ਨੂੰ, 14 ਅਗਸਤ ਦਾ ਕੀ ਕਰਨਾ ਇੱਧਰ ਦੇਖੋ, ਛਿੱਲ ਦਿੱਤੇ, ਮੈਂ ਇੰਜ ਇੰਜ ਕਰਕੇ ਸ਼ੋਅ ਕਰ ਰਿਹਾ, ਮੈਂ ਕਿਹਾ ਫਰੀਦਾ ਮਾਨਾ ਇਹ ਅੱਜ ਹਾਜ਼ਰ ਹੋਏ ਨੇ ਕਿ ਅਸੀਂ, ਸਾਡੇ ਭਰਾ ਨੇ,
ਇਹ ਜਦੋਂ ਇਹ ਮਤਲਬ ਇਮਦਾਦ ਦਾ ਥੋੜ੍ਹਾ ਜਿਹਾ ਲੈ ਕੇ ਆਏ ਨੇ ਕਿ ਇਮਦਾਦ ਦੀ ਥੋੜ੍ਹਾ ਜਿਹਾ ਕੋਈ ਮਸਲਾ ਇਹਨਾਂ ਦਾ ਚੱਲ ਰਿਹਾ, ਇਮਦਾਦ ਕਰੋ ਕਹਿੰਦੇ, ਅਤੇ ਇਹਨਾਂ ਦੇ ਗੁਰਦਿਆਂ 'ਚ ਥੋੜ੍ਹਾ ਜਿਹਾ ਪ੍ਰੋਬਲਮ ਆ, ਤੁਸੀਂ ਸ਼ਕਲ ਦੇਖੋ ਇਹਨਾਂ ਦੀ, ਬਿਲਕੁਲ ਡਾਕਟਰਾਂ ਨੇ ਆਨਸਰ ਦੇ ਦਿੱਤਾ ਇਹਨਾਂ ਨੂੰ, ਅਤੇ ਉਹਨਾਂ ਨੇ ਕਿਹਾ ਵੀ ਜਵਾਬ ਆ ਸਾਡੇ ਵੱਲੋਂ, ਕਿਤੇ ਹੋਰ ਜਾਓ, ਉਹ ਗੱਲ ਸੁਣ ਲਈ ਦੀ, ਬੜਾ ਮੈਲੀ ਨਰਸ ਹੁੰਦੀ, ਇੱਕ ਮਿੰਟ ਗੱਲ ਤਾਂ ਸੁਣ ਲਾ ਉਹਨਾਂ ਦੀ। ਅੱਛਾ, ਅਤੇ ਮਾਨਾ ਸਾਹਿਬ ਆਏ ਨੇ, ਮਾਨਾ ਸਾਹਿਬ ਦੇ ਦੋ ਗੁਰਦੇ ਸੀ ਟੋਟਲ ਇਹਨਾਂ ਕੋਲ ਸਾਰਾ, ਮਤਲਬ ਭਰਾਵਾਂ ਨਾਲ ਹਿੱਸੇ ਦਾ ਹਿਸਾਬ ਕਿਤਾਬ ਕਰਕੇ ਨਾ, ਐਂਡ ਦੇ ਕੋਲ ਦੋ ਗੁਰਦੇ ਬੱਚੇ ਸੀ, ਉਹ 'ਚੋਂ ਵੀ ਇੱਕ ਜਿਹੜਾ ਥੋੜ੍ਹਾ ਜਿਹਾ ਸਿਗਰਟਾਂ ਪੀ ਪੀ ਫੇਫੜਾ ਇਹਦੇ ਫਰਕ ਹੋ ਗਏ ਨੇ, ਔਰ ਸਿਗਰਟ ਵੀ ਉਹ ਪੀਂਦੇ ਜਿਹੜੇ ਜ਼ਿੰਦਗੀ, ਦੁਕਾਨਦਾਰ ਨੂੰ ਵੀ ਨਹੀਂ ਪਤਾ ਹੁੰਦਾ ਕਿ ਮੇਰੇ ਕੋਲ ਆਹ ਸਿਗਰਟ ਪਏ ਆ, ਯਕੀਨ ਕਰੋ। ਡੱਡੂ ਫਿਲਟਰ ਸੁਣਿਆ ਕਦੀ? ਕਹਿੰਦਾ ਟੋਪੀ ਫਿਲਟਰ ਦੇ ਦੇ, ਆਹੋ ਚਾਰ ਪੈਡਲ ਪੈਡਲ ਸਿਗਰਟ ਦੇ ਦੇ, ਪੈਡਲ ਦੱਸ ਹੈ ਕੋਈ, ਅੱਧੀ ਡੱਬੀ ਮੁੱਠ ਦੀ ਦੇ ਦੇ, ਹੈ ਕੋਈ ਬੜਦੀ ਗੱਲ, ਏਦਾਂ ਦੇ ਸਿਗਰਟ ਜਿਹੜੇ ਨਾਮ ਜਿਹੜੇ ਅੱਜ ਵੀ 7 ਰੁਪਏ ਦੀ ਡੱਬੀ ਆ, 7 ਰੁਪਏ ਦੇ 20 ਸਿਗਰਟ ਅੱਜ ਵੀ, ਉਹ ਪੀ ਪੀ ਫਿਫੜਾ ਇਹਨੇ ਆਪਣਾ ਇੰਜ ਕਰ ਲਿਆ ਜੇ ਘੁੱਟੀ ਕੁੱਪੀ ਵਰਗਾ, ਹੁਣ ਡਾਕਟਰਾਂ ਨੇ ਜਵਾਬ ਦੇ ਦਿੱਤਾ, ਹੁਣ ਆ ਗਿਆ ਮੇਰੇ ਕੋਲ ਇਹ ਲੈ ਕੇ ਆਇਆ, ਰੁਪਏ ਕਹਿੰਦਾ ਜੀ ਰੁਪਈਆ ਦੇ ਦਿਓ, ਕਿੰਨਾ 2000 ਨਹੀਂ ਜਿੰਨਾ ਮਰਜ਼ੀ ਜਿੰਨਾ ਬਣਦਾ, 2000 ਦੀ ਲੋੜ ਆ, ਕਹਿੰਦਾ ਜਿੰਨਾ ਤੁਹਾਡੇ ਕੋਲ ਹੈਗਾ ਤੁਸੀਂ ਦੇ ਦਿਓ, ਇਹ ਲੈ ਕੇ ਆਇਆ ਜੀ, 750 ਕਿਹਾ ਇਹਨੇ ਪਹਿਲੇ। ਅੱਛਾ ਤੂੰ ਚੁੱਪ ਕਰ ਜਾ ਮਾਨਾ ਜੀ, ਕਿਉਂ ਜਦੋਂ ਤੈਨੂੰ ਅਸੀਂ ਕਹਿੰਦੇ ਸਾਂ ਮਾਨੇ ਛੱਡ ਦੇ ਸਿਗਰਟ, ਹਟ ਜਾ, ਤੂੰ ਕਿਉਂ ਨਹੀਂ ਹਟਿਆ ਉਦੋਂ? ਮੇਰਾ ਜ਼ੇਹਨ ਇਹ ਸੀਗਾ ਵੀ ਮੈਂ ਮਜ਼ੀਦ ਪੀਵਾਂ। ਯਾਰ ਸਭ ਤੋਂ ਪਹਿਲੇ ਸਲਾਮ ਤੇ ਘਰ, ਅਸਲਾਮ ਅਲੈਕੁਮ, ਇੱਧਰ ਯਾਰ ਸਾਡੇ ਨੂੰ ਆਇਆ ਗਿਆ, ਅਸਲਾਮ ਅਲੈਕੁਮ, ਇਹ ਪਛਾਣਿਆ ਤੁਸੀਂ ਇਹਨੂੰ? ਇਹ ਮਾਨਾ ਉਹ ਆ ਜਦੋਂ ਸ਼ੋਅ ਦੇ ਵਿੱਚ ਫਰੀਦ ਪਹਿਲੇ ਸ਼ੋਅ 'ਚ ਆਇਆ ਸੀ, ਫਰੀਦ ਅਤੇ ਮਾਨਾ ਪਹਿਲੀ ਵਾਰੀ ਜ਼ਿੰਦਗੀ ਜਿਹੜੀ ਮੇਰੀ ਮੁਲਾਕਾਤ ਆ ਇੱਕੋ ਸ਼ੋਅ 'ਚ ਹੋਈ ਸੀ ਇਹਨਾਂ ਦੀ, ਫਰੀਦ ਮਾਨਾ ਅਤੇ ਮੁਦੱਸਰ ਨਾਲ, ਤੇਰੇ ਨਾਲ ਉਸ ਤੋਂ ਪਹਿਲੇ ਮੁਲਾਕਾਤ ਆਈ ਸੀ? ਨਹੀਂ ਨਹੀਂ ਕੋਈ ਮੁਲਾਕਾਤ, ਤਿੰਨਾਂ ਦੇ ਨਾਲ ਪਹਿਲੇ ਮੁਲਾਕਾਤ ਸੀ, ਚੌਥਾ ਨੋਨੀ ਵੀ ਮਾਨਾ ਪਰੇ ਬੈਠਾ ਸੀ, ਤੇ ਉਹ ਜਿਹੜਾ ਉਹ ਇੱਕ ਹੱਸਦਾ ਸੀ, ਐ ਨੀ ਹੱਸਦਾ ਜਿਹੜਾ, ਉਹ ਵੱਡੇ ਜਿਹੇ ਮੂੰਹ ਵਾਲਾ ਸੀ, ਹੁਣ ਤੇ ਵਿਚਾਰਾ ਬਹੁਤ ਮਾੜਾ ਆ, ਅੱਲਾ ਨੂੰ ਸਿਹਤ ਦੇਵੇ, ਉਹ ਕਹਿੰਦਾ ਭਾਜੀ, ਉਹਨੇ ਪਾਣ ਪਾਇਆ ਮੂੰਹ 'ਚ, ਕਹਿੰਦਾ ਜਾਨੀ ਭਾਜੀ, ਮੈਂ ਕਿਹਾ ਹਾਂ, ਕਹਿੰਦਾ ਇਹਦੇ ਕੋਲ ਗਾਣਾ ਸੁਣੋ ਲਾਸ਼ ਕਰ ਦੇਗਾ, ਇਹ ਉਹਦਾ ਡਾਇਲੋਗ ਸੀ, ਲਾਸ਼ ਕਰ ਦੇਗਾ। ਫਿਰ ਅਸੀਂ ਇਹਦੇ ਕੋਲ ਗਾਣਾ ਸੁਣਿਆ ਸੀ ਉਦਤ ਨਰਾਇਣ ਦਾ, ਇਹਨੇ ਉਹ ਫਿਰ ਸੁਣਦੇ ਹਾਂ ਇਹਦੇ ਕੋਲੋਂ, ਠੀਕ ਆ। ਫਿਰ ਇਹਨੂੰ ਮੈਂ 1000 ਰੁਪਇਆ ਨਜ਼ਰ ਦਿੱਤੀ ਸੀ, ਜਿਹੜੀ ਅੱਜ ਤੱਕ ਮੈਂ ਕਾਪੀ 'ਤੇ ਲਿਖੀ ਹੈ, ਨਹੀਂ ਵਾਪਸ ਨਹੀਂ ਲੈਣੀ, ਮੈਂ ਲਿਖੀ ਆ, ਬੋਲੀ ਦਾ ਬੜਾ ਇਹ ਉਹ ਕਿਤੇ ਬੋਲ ਲੈਣ ਦੇ, ਉਹ ਬਹਿ ਜਾ ਆਰਾਮ ਨਾਲ। ਉਹ ਮਾਨਾ ਜੀ ਝੰਡੀ ਤਾਂ ਕਰ ਲੋ, ਕਿਤੇ ਫਾਰਜ ਪੈਣ ਡਿਆ। ਅੱਛਾ ਇੱਕ ਮਿੰਟ, ਤੁਸੀਂ ਵੀ ਚੁੱਪ ਕਰ ਜਾ, ਚੁੱਪ ਕਰ ਜਾ, ਇੰਗਲਿਸ਼ 'ਚ ਮੰਤਰ ਲਿਖਿਆ ਹੁੰਦਾ ਉਹਨਾਂ ਦੀ ਗੱਲ ਫਿਰ ਹੋ ਲੈਂਦੇ ਨਾ ਸਾਰਿਆਂ ਨੂੰ। ਅੱਛਾ ਰਾਜੀ, ਤੁਸੀਂ ਸਾਰਿਆਂ ਚੁੱਪ ਕਰਾਈ ਜਾਂਦਾ, ਕੋਲ ਹੋਣ ਲੱਗੇ ਤੇਰੇ, ਤੂੰ ਚੁੱਪ ਕਰ ਜਾ, ਜਿੰਨਾਂ ਦਾ ਮਿਸਤਰੀ ਲੱਗਣ ਡਿਆ ਬੇਟਾ। ਅੱਛਾ ਜੀ, ਅਤੇ ਉਹ ਮਾਨਾ ਸਾਹਿਬ ਉਹ ਨੇ ਪਛਾਣ ਤੁਸੀਂ ਲਿਆ ਹੋਏਗਾ, ਠੀਕ ਹੈ ਲਿਆ ਜੀ। ਹਾਂ, ਬਹੁਤ 2-4-5 ਵਾਰੀ ਬਹੁਤ ਕੋਸ਼ਿਸ਼ ਕੀਤੀ ਮਨਾਦਰੀਨ ਕਿ ਯਾਰ ਇਹ ਸਾਡੇ ਕੋਲ ਆਵੇ ਬੈਠੇ, ਲੇਕਿਨ ਇਸ ਬੰਦੇ ਦੀ ਮੈਂ ਡਿਊਟੀ ਲਈ, ਲੇਕਿਨ ਮੌਜੀ ਰੂਹ ਆ। ਅੱਜ ਫਿਰ ਇਹਦੀ ਜੋਬ ਲੱਗ ਗਈ ਆ, ਮਨਾਦਰੀਨ ਨੂੰ ਦੱਸ ਦਿਓ ਉਹਨਾਂ ਦੀ, ਇਹਦੀ ਫਿਰ ਜੋਬ ਲੱਗ ਗਈ ਆ, ਦੇਖੋ ਕਿੰਨੇ ਦਿਨ ਹੁੰਦਾ ਹੈ, ਬਿਸਕੁਟ ਦੀ ਵੀ ਉੱਤੋਂ ਫਾੜੀ ਲਾਉਣ ਡਿਆ ਕੀ ਮਾਨੇ ਦੀ? ਲਓ ਜੀ ਮੇਰੀ ਗੱਲ ਸੁਣੋ, ਮਾਨੇ ਦੀ ਸਭ ਤੋਂ ਖੂਬਸੂਰਤ ਜਿਹੜੀ ਗੱਲ ਮੈਨੂੰ ਲੱਗਦੀ ਹੈ, ਜਿਹੜਾ ਮੈਂ ਅੱਜ ਤੱਕ ਕਿਸੇ ਆਰਟਿਸਟ 'ਚ ਇਹ ਗੱਲ ਬਹੁਤ ਘੱਟ ਦੇਖੀ, ਮੈਂ ਦੇਖੀ ਨਹੀਂ। ਅਸੀਂ ਜੁਗਤ ਕਰਦੇ ਨਾ, ਤੁਸੀਂ ਕਦੀ ਗੌਰ ਕਰਨਾ ਮਾਨੇ ਦੀ ਜੁਗਤ 'ਤੇ, ਕਿ ਅਸੀਂ ਜੁਗਤ ਕਰਦੇ ਹਾਂ ਕਿ ਆਹ ਦੇਖੋ ਇਹਦਾ ਕੈਸਾ ਹੈਲਮਟ ਵਰਗਾ ਸਿਰ ਆ, ਆਹ ਦੇਖੋ ਕੈਸਾ ਇਹਦਾ ਮਤਲਬ ਹਾਂਡੀ ਪੁੱਠੀ ਮਾਰੀ ਹੁੰਦੀ, ਇੰਝ ਨਹੀਂ। ਮਾਨਾ ਜਦੋਂ ਕਿਸੇ ਚੀਜ਼ ਦਾ ਨਕਸ਼ਾ ਖਿੱਚਦਾ ਨਾ, ਸਕੈਚ ਬਣਾਉਂਦਾ ਵਾ, ਉਹਦੇ ਨਾਲ ਵਾਕਿਆ ਤੁਸੀਂ ਵੇਖੋ ਤੁਹਾਨੂੰ ਲੱਗਦਾ ਵੀ ਹੁੰਦਾ ਕਿ ਯਾਰ ਆਹੋ ਇਹ ਇਹਦਾ ਬੜਾ ਕਮਾਲ ਆ।
ਆ ਦੇਖੋ ਨਾ ਹੁਣ ਇਹਨੂੰ ਉਹਨੇ ਕਿਹਾ ਕਿਸਾ ਜਿੰਨਾ ਦਾ ਮਿਸਤਰੀ ਹੁੰਦਾ ਔਰ ਉਹਦੀ ਗੈਟਅਪ ਚੈੱਕ ਕਰੋ ਕਿ ਜੇ ਇਹਨੇ ਠੀਕ ਕਰਨ ਵਾਲਾ ਠੀਕ ਹੈ ਨਾ ਇਹ ਹੁਣ ਮੈਂ ਕਹਿਣਾ ਨਹੀਂ ਇਹਨੇ ਇਹਨੂੰ ਬੜੀ ਅੱਛੀ ਗੱਲ ਕੀਤੀ ਸੀ ਖੈਰ ਚਲੋ ਕੋਈ ਗੱਲ ਨਹੀਂ ਸੁਣਾਓ ਵਤਨ ਦੇ ਹਵਾਲੇ ਨਾਲ ਐ ਵਤਨ ਪਿਆਰੇ ਵਤਨ ਐ ਵਤਨ ਪਿਆਰੇ ਵਤਨ ਪਾਕ ਵਤਨ ਐ ਮੇਰੇ ਪਿਆਰੇ ਵਤਨ ਐ ਵਤਨ ਪਿਆਰੇ ਵਤਨ ਤੁਝਸੇ ਹੈ ਮੇਰੀ ਤਮੰਨਾ ਕੀ ਦੁਨੀਆ ਪੁਰ ਨੂਰ ਤੁਝਸੇ ਹੈ ਮੇਰੇ ਤਮੰਨਾ ਕੀ ਦੁਨੀਆ ਪੁਰ ਨੂਰ ਅਜ਼ਮ ਮੇਰਾ ਹੈ ਕਵੀ ਮੇਰੇ ਇਰਾਦੇ ਹੈ ਗੁਯੂਰ ਮੇਰੀ ਮਸਤੀ ਮੇ ਅਨਾ ਹੈ ਮੇਰੀ ਹਸਤੀ ਮੇ ਸ਼ਊਰ ਜਾਂ ਫਿਜ਼ਾ ਮੇਰਾ ਤਖੈਯੁਰ ਹੈ ਤੋ ਸ਼ੀਰੀ ਹੈ ਸੁਖਨ ਐ ਮੇਰੇ ਪਿਆਰੇ ਵਤਨ ਐ ਵਤਨ ਪਿਆਰੇ ਵਤਨ ਪਾਕ ਵਤਨ ਐ ਮੇਰੇ ਪਿਆਰੇ ਵਤਨ ਲੋ ਜੀ ਨਾਜ਼ਰੀਨ ਕੀ ਕਹਿੰਦੇ ਜ਼ਬਰਦਸਤ ਭਾਜੀ ਇਹਨੂੰ ਹਟਾ ਲਓ ਜੋ ਹੌਦੀ ਚੋਂ ਸਿਰ ਬਾਹਰ ਕੱਢਿਆ ਆਉਂਦਾ ਤੇ ਜਿਹੜਾ ਹਟਦਾ ਨਹੀਂ ਗਾ ਇਹ ਮਿੰਟ ਬਾਅਦ ਨੂੰ ਛੇੜ ਲਾਂਗਾ ਭਾਈ ਮੈਂ ਕਹਿ ਤਾਂ ਤੈਨੂੰ ਯਾਰ ਸਤਾਰੀ ਭਾਈ ਫਾਨੇ ਦਾ ਸਾਫਾ ਸਿੱਧਾ ਕਰਾਇਓ ਜ਼ਰਾ ਭਾਈ ਫਾਨੇ ਉਹ ਫਾਨਾ ਨਹੀਂ ਓਏ ਮਾਨਾ ਉਹੀ ਜਿਹੜਾ ਲੈ ਫਾਨੇ ਉਹਨੂੰ ਫਿਰ ਕਹਿਣਾ ਨਹੀਂ ਆਉਂਦਾ ਪਤਾ ਨਹੀਂ ਫਾਨਾ ਕੀ ਹੁੰਦਾ ਯਾਰਾ ਇੱਧਰ ਤੇ ਮਾਨੇ ਚਾਮ ਯਾਰਾ ਤਾਂ ਕੀ ਹੈ ਯਾਰ ਹਾਏ ਹਾਏ ਦੇਖ ਤਾਂ ਸਹੀ ਕੀ ਆ ਪਿਆਲੇ ਲੱਗਦੇ ਜੋ ਹਮਾਮ 'ਚ ਲੱਡੂ ਰੱਖੇ ਆਉਂਦੇ ਅੱਛਾ ਉਸਤਾਦ ਜੀ ਮਾਨਾ ਵੀ ਮਾਸ਼ਾਅੱਲਾ ਪਾਕਿਸਤਾਨੀ ਹੈ ਇਹਨੂੰ ਕੋਈ 14 ਨਕਾਬ ਚੋਂ ਕੋਈ ਇੱਕ ਅੱਧਾ ਹੀ ਨਕਾਬ ਦੱਸ ਦੇਵੇ ਮਾਨੇ ਦੱਸ ਦੇ ਪਾਕਿਸਤਾਨ ਕਿਹੜੀ ਤਰੀਕ ਨੂੰ ਆਜ਼ਾਦ ਹੋਇਆ ਸੀ ਸਨ 1947 ਚਲੋ ਸਾਲ ਕਿਹੜਾ ਸੀ ਮਈ ਸੀ ਮੇਰਾ ਗਿਆ ਨਹੀਂ ਨਹੀਂ ਸਾਲ ਕਿਹੜਾ ਸੀ ਇਹਨੂੰ ਹਟਾਉਣਾ ਕਿ ਨਹੀਂ ਯਾਰ ਨਾ ਖਾਲੋ ਓਏ ਮੈਂ ਹੈਲਪ ਕਰਨ ਦਿਆਂ ਸਾਜੀ ਹੈਲਪ ਕੀ ਤੂੰ ਵਿੱਚ ਚਕਾਉਣ ਲਿਆ ਮੈਨਾਂ ਹੈਲਪ ਨਾ ਕਰ ਤੂੰ ਸਾਲ ਕਿਹੜਾ ਸੀ ਤੂੰ ਜਰਾ ਰੈਸਟ ਕਰ ਸਾਲ ਕਿਹੜਾ ਸੀ ਸਾਲ ਨਹੀਂ ਮੇਰੇ ਜ਼ਿਹਨ 'ਚ ਲੇਕਿਨ ਮੈਨੂੰ ਇੰਨਾ ਪਤਾ ਵੀ ਸਨ 1947 ਨੂੰ ਪਾਕਿਸਤਾਨ ਆਜ਼ਾਦ ਹੋਇਆ ਸਾਲ ਨਹੀਂ ਜ਼ਿਹਨ 'ਚ ਨਹੀਂ ਤੇਰੇ ਜ਼ਿਹਨ 'ਚ ਯਾਰ ਮੈਂ ਤੇ ਦੱਸ ਹੀ ਦੇਣਾ ਤੂੰ ਦੱਸਿਆ ਸੀਗਾ ਕਿ ਪਾਕਿਸਤਾਨ ਸਿੱਧਾ ਕਰ ਲਾ ਪਾਕਿਸਤਾਨ ਕੋਮੇ 'ਚ ਘਲਾਤਾ ਸਿੱਧਾ ਕਰ ਇੱਥੇ ਅੱਗੇ ਉੱਪਰ ਕਰ ਹਾਂ ਬੋਲਣ ਹੀ ਦਿਆਂ ਵਾ ਕੋਈ ਜਾਮ ਮਤਰ ਹੋਇਆ ਹੁੰਦਾ ਚੈੱਕ ਕਰੀ ਇੱਧਰ ਤੇ ਬਾਂਦਰ ਨੂੰ ਡ੍ਰਿਪ ਲੱਗੀ ਹਾਂ ਦਾ ਕਿਉਂ ਜੀ ਹਾਂ ਨਹੀਂ ਨਹੀਂ ਅੱਛੀ ਗੱਲ ਆ ਕੋਮੇ 'ਚ ਜਾਣ ਵਾਲੀ ਭੂਆ ਹੁੰਦੀ ਇਹਦੇ ਉਹ ਡੈਣ ਨੂੰ ਬਿਜਲੀ ਪਈ ਹੁੰਦੀ ਚੁੱਪ ਕਰ ਲਓ ਜੀ ਆ ਬਿਸਮਿਲਲਾ ਜੀ ਨਹੀਂ ਨਹੀਂ ਦੱਸੋ ਨਾ ਸਾਲ ਦਾ ਉਹਨਾਂ ਨੇ ਪੁੱਛਿਆ ਵੀ ਸਾਲ ਦੇਖੋ ਜੀ ਮੇਰੀ ਗੱਲ ਸੁਣੀ ਮੈਨੂੰ ਸਾਲ ਦਾ ਤੇ ਨਹੀਂ ਖੈਰ ਪਤਾ ਲੇਕਿਨ ਮੈਨੂੰ ਇਹ ਪਤਾ ਪਰਦੇਸੀ ਆ ਤੂੰ ਸੁਣਾ ਆ ਦੇਖ ਕੀ ਕਹਿੰਦਾ ਉਹ ਕੀ ਕਹਿੰਦਾ ਓਏ
ਅੱਛਾ 14 ਅਗਸਤ ਉੱਨੀ ਸੌ 1947 ਨੂੰ ਪਾਕਿਸਤਾਨ ਆਜ਼ਾਦ ਹੋਇਆ। ਸਾਲ ਕਿਹੜਾ ਸੀ? ਸਾਲ ਦਾ ਨਹੀਂ ਮੈਨੂੰ ਪਤਾ। 1947 ਸਾਲ ਹੀ ਆ, 1947 ਸਾਲ, ਸੋਰੀ ਯਾਰ। ਸਦੀ ਦੇ ਵਿੱਚ 100 ਸਾਲ ਹੁੰਦੇ ਆ, ਹਾਂਜੀ ਬਿਲਕੁਲ। 1900 ਸਦੀ ਸੀ, ਅੱਛਾ, ਤੇ 47ਵਾਂ ਸਾਲ ਜਿਹੜੇ 100 ਸਾਲ ਹੁੰਦੇ ਉਹ 47ਵਾਂ ਸਾਲ ਸੀ। 1947 ਅੱਛਾ ਨਾਜ਼ਰੀਨ, ਸੋਰੀ ਆਇੰਦਾ ਨਹੀਂ ਮੈਂ ਐਸਾ ਕਹੂੰਗਾ, ਠੀਕ ਆ। ਹਾਂਜੀ, ਹੁਣ ਕਹਿ ਕੇ ਸਾਹ ਜੀ, ਜਿਹੜਾ ਮੈਂ ਪੁੱਛਿਆ ਨਾ ਕਿ ਭਾਜੀ ਸਾਲ ਕਿਹੜਾ ਸੀ, ਤੂੰ ਕਹਿੰਦਾ 47, ਠੀਕ ਹੈ। ਚੱਲ 1900 ਸਦੀ ਸੀ, ਹਾਂਜੀ, 47 ਸਾਲ ਸੀ, ਠੀਕ ਹੈ। ਜਿਵੇਂ ਹੁਣ 2001 2002 2024 ਆ ਗਿਆ, ਹਾਂਜੀ ਹਾਂਜੀ, 2024 24 ਸਾਲ ਆ, 2000 ਸਦੀ ਆ, ਠੀਕ ਹੈ ਜੀ। ਇਹ ਸਮਝ ਆ ਗਿਆ, ਬੜਾ ਮਸਤ ਸ਼ਾਇਰ ਹੁੰਦਾ ਇੱਧਰ, ਆਈਸਕ੍ਰੀਮ ਚੋਂ ਬੜੀ ਗੱਡੀ ਹੁੰਦੀ ਅੱਛਾ ਯਾਰ ਚਲੋ ਅੱਛਾ ਜੀ ਇੱਕ ਮਿੰਟ ਨਾਜ਼ਰੀਨ, ਗੱਲ ਹੈ ਯਾਰ, ਨਾ ਤੰਗ ਕਰੋ, ਪਤਾ ਕੀ ਆ, ਇਹਨੇ 2.5 ਲੱਖ ਜੁਗਤ ਇਸ ਸ਼ੋਅ ਤੋਂ ਪਹਿਲੇ ਮਾਰ ਦਿੱਤੀ ਆ, ਠੀਕ ਆ ਨਾ, ਉਹ ਅਕਾਊਂਟ ਨਹੀਂ ਹੋਈ ਜੀ, ਦੁਬਾਰਾ ਕਰ ਸਕਦਾ ਵਾ। ਅੱਛਾ ਜੀ, ਇੰਨੀ ਜਿੰਨੀਆਂ ਤੂੰ ਚੁੱਕਾਂ ਪਹਿਲੇ ਕੀਤੀਆਂ ਨਾ, ਦੁਬਾਰਾ ਕਰਦੇ, ਲੋਕੀ ਤਾਂ ਸੁਣਨਾ, ਉਹਨਾਂ ਤੇ ਨਹੀਂ ਸੁਣੀਆਂ ਸੀ, 5-7 ਨੇ ਸੁਣੀਆਂ, ਹਜ਼ਾਰਾਂ ਲੋਕ ਉਹ ਵੀ ਸੁਣਨ ਨਹੀਂ। ਦੇਖੋ ਜੀ ਮੇਰੀ ਗੱਲ ਸੁਣੋ, ਜਿਹੜੀ ਇੱਕ ਵਾਰੀ ਜੁਗਤ ਹੋ ਗਈ, ਜੁਗਤ ਮੈਨ ਹੋਈ, ਜਿਹੜਾ ਉਹਨੂੰ ਰਿਪੀਟ ਨਾ ਕਰੇ, ਜੁਗਤ ਮੈਨ ਸਾਰਾ ਜੁਗਤ ਕਰਨ ਵਾਲਾ ਬੰਦਾ। ਇੱਕ ਮਿੰਟ ਤੂੰ ਮੇਰੀ ਸੁਣ ਲੈ, ਇੱਕ ਮਿੰਟ ਸਪਾਈਡਰਮੈਨ, ਤੁਸੀਂ ਨਾ ਭਾਜੀ ਗੱਲਾਂ ਕਰੋ ਸਾਰੇ। ਆਹ ਦੇਖੋ ਜੀ, ਸਫੈਦ ਲੈਟਰੀਨ ਚੋਂ ਨਿਕਲਿਆ ਉਹਦਾ। ਅੱਛਾ ਯਾਰ, ਤੂੰ ਦਾਨਿਸ਼, ਤੂੰ ਵੀ ਕੋਈ ਗੱਲ ਕਰਾਂ, ਤੂੰ ਬਾਸ ਆ, ਬਾਸ ਆ, ਹਿੱਲ ਗਿਆ ਦਾਨਿਸ਼। ਉਹ ਭਾਜੀ ਹਾਂ ਜੀ, ਤੁਸੀਂ ਕਰ ਹੀ ਨਹੀਂ ਰਹੇ, ਮੈਨੂੰ ਬੜਾ ਸਲੰਸਰ ਨਾਲ ਪੁੱਛੀਆਂ ਕੱਢੀਆਂ। ਕਿਉਂ ਜੀ? ਨਹੀਂ ਨਹੀਂ, ਤੁਸੀਂ ਉਹਨਾਂ ਉਹ ਦਾਨਿਸ਼ ਆ, ਮੈਨੂੰ ਲੱਗਦਾ ਜੀ ਤਾਂ ਡੰਡੇ ਨੂੰ ਜਾਲਾ ਲਗਾ ਹੁੰਦਾ ਚੈੱਕ। ਕੀ ਬਾਤ, ਤੀਰ ਨਾ ਹਾਕੀ ਲਾਏ ਹੁੰਦੇ। ਹਾਂ ਹਾਂ, ਕਿਉਂ ਜੀ? ਉਧਰ ਛੋਟੇ ਕੰਨਾਂ ਵਾਲੀ ਬੱਕਰੀ ਹੁੰਦੀ ਚੈੱਕ, ਮੈਂ ਜੀ ਇੱਧਰ ਦੇਖੋ, ਪਿੱਛੋਂ ਪਿੱਛੋਂ ਆ ਕੇ ਨਾਲ ਹੀ ਟੱਪੀ ਹੁੰਦੀ। ਉਹ ਕਿਹਾ ਨਹੀਂ ਆ, ਜੁਗਤ ਨਹੀਂ ਆ, ਜੁਗਤ ਕੋ ਅੱਛੀ ਗੱਲ ਡੈਣਾ ਨੂੰ ਮਾਮਾ ਮਿਲਣ ਆਇਆ ਹੁੰਦਾ, ਬਹੁਤਾ ਸੋਹਣਾ ਲੱਗਣ ਡਿਆ, ਦੇਖੋ ਨਾ, ਹੁਣ ਬਿਜਲੀ ਠੀਕ ਕਰਨ ਵਾਲੇ ਨੀ ਚੜੇ, ਹੱਥ ਕਿਤੇ ਮਿੰਗਣਾ ਕਰਨ ਲੱਗਾ ਹੁੰਦਾ। ਯਾਰ ਮੇਰੀ ਗੱਲ ਸੁਣੋ, ਇੰਜ ਨਹੀਂ ਸਹੀ, ਇਹੀ ਸਾਈਡ ਗੱਲਾਂ ਕਰੀ ਜਾ ਰਹੀ ਆ, ਚੁੱਪ ਬੈਠੇ ਭਾਈ ਜਾਨ, ਗੱਲ ਇਹ ਹੈ 14 ਅਗਸਤ ਤਾਂ ਜੀ ਅਸੀਂ ਵੀ ਮੁਕਾਬਲਾ ਦੋਵਾਂ ਦਾ, ਅਸੀਂ ਵੀ ਇੱਕ ਤਰ੍ਹਾਂ ਨਾਲ ਸੁਣਾਉਣਾ ਵਾ ਜੀ।
ਤਾਜੀ ਉਹ ਵਿੱਚ ਹੀ ਕੱਚ ਲਾਈ ਜਾ ਰਿਹਾ ਮਾਤਾ ਜੀ ਇਤਨੇ ਬੜੇ ਜੀਵਨ ਸਾਗਰ ਮੇ ਮੁਝਕੋ ਪਾਕਿਸਤਾਨ ਮਿਲਾ ਟੈਂਟਾਂ ਚੋਂ ਨੀ ਲਾਲਾ ਖੁਸਰਾ ਬਾਹਰ ਨਿਕਲੇ ਆਉਂਦਾ ਦੇਖ ਬੈਕ ਸਾਈਡ ਤੇ ਡੰਗ ਮਾਰਨ ਵਾਲਾ ਵੈਰੀ ਗੁੱਡ ਬਾਈ ਫਾਨੇ ਖੜਾ ਚੂਹਾ ਹੁੰਦਾ ਸੋਚ ਨਜ਼ਰ ਆਊਗਾ ਯਾਰ ਉਹ ਤਾਂ ਪਿੱਛੋਂ ਵੀ ਨਜ਼ਰ ਆਉਣ ਡਿਆ ਤੁਹਾਡੀ ਵਾਰੀ ਨੀ ਬੋਲੇ ਯਾਰ ਹਾਂਜੀ ਚਲੋ ਜੀ ਇਤਨੇ ਬੜੇ ਜੀਵਨ ਸਾਗਰ ਮੇ ਮੁਝਕੋ ਪਾਕਿਸਤਾਨ ਮਿਲਾ ਆਲੂ ਇਤਨੇ ਬੜੇ ਜੀਵਨ ਸਾਗਰ ਮੇ ਮੁਝਕੋ ਪਾਕੇ ਤਾਲ ਮਿਲਾ ਤੂੰ ਅੱਗੇ ਹੋ ਜਾ ਥੋੜਾ ਜਿਹਾ ਡਕਾਰ ਮਾਰ ਕੇ ਦੂ ਗਿਨ ਕੀਤਾ ਹੁੰਦਾ ਬਸ ਗੱਲ ਤੇ ਸੁਣ ਲੈ ਜਹਾਜ਼ ਚ ਰੇਤ ਲਿਆਂਦੀ ਹੁੰਦੀ ਇੱਕ ਮਿੰਟ ਤੇਰੇ ਨਾਲ ਹੀ ਤੇਰੇ ਨਾਲ ਕਿੰਨਾ ਸੋਹਣਾ ਬੱਬੀ ਲੈਣ ਰੂ ਕਰਨ ਡਿਆ ਪ੍ਰੋਗਰਾਮ ਜੀ ਦਿਮਾਗ ਖਰਾਬ ਕਰ ਦਿੰਦੇ ਜਿਦਾਂ ਪਿਸ਼ਾਬ ਵਾਲੀ ਨਾਲੀ ਲੱਗੀ ਆਹੋ ਯਾਰ ਟਿਕਦਾ ਨੀ ਪਿਆ ਇਹਦੀ ਤਬੀਅਤ ਵਿੱਚ ਠਹਿਰਾ ਉਹ ਨੀ ਹੈਗਾ ਉਹ ਇੰਨੀ ਕੋਈ ਜਿਹੜਾ ਥੱਲੇ ਪਿਆ ਉਹਨੂੰ ਕਦੇ ਅੱਗੇ ਕਰ ਲੈਂਦਾ ਕਦੇ ਜੀ ਇਹ ਸਾਰਾ ਸਾਇੰਸ ਬਿਆਨ ਆ ਬਸ ਆਹ ਨੀ ਕਰਦਾ ਆਹੋ ਤੂੰ ਸਿਰਫ ਇੰਨੇ ਨੀ ਕਰਨ ਲੱਗ ਪਏ ਨਾ ਤੇ ਤੂੰ ਸਾਰਾ ਸਾਈ ਗੱਲ ਬਣ ਜਾਵੇ ਹਾਂ ਯਕੀਨ ਜੀ ਏਦਾਂ ਦੇ ਬੰਦੇ ਦੀ ਵਜ੍ਹਾ ਤੋਂ ਮਾਈ ਆ ਕੇ ਪ੍ਰੋਗਰਾਮ ਬੰਦ ਕਰ ਬਸ ਕਰ ਦਿਓ ਮਾਨੇ ਤੇਰੇ ਤੋਂ ਠੰਡ ਆਈ ਹੈ ਮਾਨਾ ਜੀ ਐ ਲੰਘਣਾ ਲਹਿੰਗੇ ਵਾਲਾ ਕਵਾਲ ਹੁੰਦਾ ਠੀਕ ਹੈ ਅੱਛਾ ਜੀ ਨਾਦਰੀਨ ਗੱਲ ਸੁਣ ਲਓ ਨਾ ਪਹਿਲੇ ਇਹ ਤੁਸੀਂ ਦੇਖ ਰਹੇ ਹੋ ਇੱਕ ਛਾਪਰ ਪਿਆ ਠੀਕ ਹੈ ਇੱਕ ਛਾਪਰ ਪਿਆ ਭਾਜੀ
ਇਹ ਜਨਾਬ ਜੀ ਇਹਦੇ ਵਿੱਚ ਆ ਸਾਲਗਿਰਾ ਦਾ ਕੇਕ, ਤੁਹਾਨੂੰ ਸਮਝ ਲੱਗ ਗਈ ਹੋਏਗੀ ਸਾਡੇ ਜੋ 14 ਅਗਸਤ ਵਾਲੇ ਦਿਨ ਕਿਹਦਾ ਜ਼ਹੂਰ ਹੋਇਆ ਸੀ। ਵਾਹ ਵਾਹ ਵਾਹ, ਠੀਕ ਆ ਜੀ, ਸਾਰਾ ਮਿਲ ਲੂ ਹਾਂ ਜੀ। ਧਿਆਨ ਨਾਲ, ਮੈਂ ਬਹੁਤ ਮੁਸ਼ਕਲ ਨਾਲ ਲਿਆਂਦਾ ਜੀ। ਅੱਛਾ ਜੀ, ਲਿਖਾਇਆ ਲਿਖੋਇਆ ਕੁਛ ਨਹੀਂ ਉੱਤੇ ਸਰ ਜੀ? ਉਹ ਲਿਖਾਉਂਦੇ ਲਿਖੁੰਦੇ ਨਾ ਤੇ ਫਿਰ ਉਹ ਪਹਿਲੇ ਆਰਡਰ ਦੇਣਾ। ਚਲੋ ਜੀ, ਲਓ ਜੀ ਨਾਜ਼ਰੀਨ, ਇਹ ਚੈੱਕ ਕਰ ਲਓ ਤੁਸੀਂ ਕੇਕ, ਠੀਕ ਹੈ ਜੀ? ਕਰ ਲਓ ਮੈਂ ਜਨਾਬ, ਮੇਰੀ ਗੱਲ ਸੁਣੋ, ਇੱਥੇ ਰੱਖਦੇ ਹਾਂ। ਪਹਿਲੇ ਤਾਂ ਰਾਮਾਨਾ ਜੀ, ਫੈਸਲ ਰਾਮੇ ਸਾਹਿਬ ਸਾਡੇ ਦੀ ਅੱਜ ਸਾਲਗਿਰਾ ਵਾ, 14 ਅਗਸਤ ਵਾਲੇ ਦਿਨ ਇਹ ਆਜ਼ਾਦ ਹੋਇਆ ਸੀ, 14 ਅਗਸਤ ਨੂੰ ਮੁਲਕ ਆਜ਼ਾਦ ਹੋਇਆ ਸੀ। ਹੈਪੀ ਬਰਥਡੇ ਇਹਨਾਂ ਨੂੰ, ਜ਼ਰਾ ਹੈਪੀ ਬਰਥਡੇ ਆਪਣੇ ਹਿਸਾਬ ਨਾਲ ਕਰੋ ਜ਼ਰਾ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ। ਫਰੀਦ ਬਿਲਕੁਲ ਨਾ, ਉਹਨੇ ਨਾਲ ਆਵਾਜ਼ ਲਾਈ ਹੈ, ਨਾਲ ਕੋਈ ਗੱਲਬਾਤ ਉਹਦੇ ਕੰਮ ਦੇ ਲੈ ਤੂੰ ਸਾਰੀ ਜੈਡੀ ਫਰੀਦ 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 ਕਰ। ਨਹੀਂ ਨਹੀਂ ਉਸਤਾਦ ਜੀ, ਉਹ ਮੇਰੀ ਇਹ ਕਿਤੇ ਜਲਦੀ ਨਹੀਂ ਹੋਣਾ ਚਾਹੁੰਦੇ। ਪਿਛਲੇ ਦਿਨਾਂ 'ਚ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਯਾਰ, ਲਿਖਦੇ ਪ੍ਰੋਗਰਾਮ ਆ, ਲੜਾਈ ਇੱਕ ਸਾਈਡ ਤੇ ਰਹਿ ਗਈ, ਪ੍ਰੋਗਰਾਮ ਪ੍ਰੋਗਰਾਮ ਦੇ ਵਿੱਚ ਅਸੀਂ ਫਰਕ ਨਹੀਂ ਪਿਆ, ਲੇਕਿਨ ਉਂਝ ਫਰਕ ਪੈ ਗਿਆ ਪ੍ਰੋਗਰਾਮ 'ਚ ਨਹੀਂ। ਲੇਕਿਨ ਫਰੀਦ ਸਾਹਿਬ, ਤੁਸੀਂ ਇਹ ਪੂਰੇ ਤੁਸੀਂ ਆ ਜਿਹੜਾ ਅਸੀਂ ਹੈਪੀ ਬਰਥਡੇ ਕਿਹਾ, ਤੁਸੀਂ ਇੱਕ ਵਾਰੀ ਵੀ ਆਵਾਜ਼ ਨਹੀਂ ਲਾਈ ਵਜਾ ਉਸਤਾਦ ਜੀ। ਸਾਰਿਆਂ ਦੀ ਯਾਦ ਮਨਾਇਆ ਕਰੋ, ਮੇਰੀ ਮਨਾਈ ਤੁਸੀਂ ਕਦੀ? ਸਹੀ ਗੱਲ ਹੈ, ਸਹੀ ਗੱਲ, ਆਵਾਜ਼ ਦੀ ਮਨਾਈ ਯਾਰ, ਤੇਰੀ ਤੂੰ ਆਪ ਮਨਾ, ਮੈਂ ਕਦੇ ਤੇਰੀ ਮੈਂ ਮਨਾ ਲਵਾਂ ਹੁਣ ਤੇਰੇ ਨਾਲ ਇਤਫਾਕ ਰੱਖਦਾ। ਮੈਂ ਕਦੇ ਗੱਦਾਰੀ ਕਰਕੇ ਗਿਆ ਹਾਂ, ਕਦੇ ਉਸਤਾਦ ਨੂੰ ਗੇੜਾ ਕਰਾਇਆ ਹੋਵੇ? ਓਹ ਮੈਂ ਕਿ ਬੰਦ ਰੱਖ ਕੇ ਦਫ਼ਤਰ ਕਿਤੇ ਮੰਮੀ ਇਦਾਂ ਹੀ ਕਿਹਾ ਹੋਵੇ ਨਾਲ ਉਸਤਾਦ ਦੇ, ਇਨਸ਼ਾਅੱਲਾ ਤਾਲਾ। ਨਹੀਂ ਨਹੀਂ ਫਰੀਦ ਸਾਹਿਬ, ਇਹ ਮੁਨਾਫਕਤ ਆ। ਨਹੀਂ ਉਸਤਾਦ ਜੀ, ਮੈਨੂੰ ਦੁੱਖ ਹੋਇਆ, ਮੇਰੀ 12 ਜੁਲਾਈ ਦੀ ਹੁੰਦੀ, ਤੁਸੀਂ ਕਦੀ ਵੀ ਨਹੀਂ ਕਿਹਾ ਹੈਗਾ। ਦਾਨਿਸ਼ ਦੀ ਹੁੰਦੀ ਆ 34-14 ਕਿੰਨੀ, 24 ਸਤੰਬਰ ਦੀ ਮਿੱਠੇ ਦੀ ਹੁੰਦੀ ਆ, ਸਾਰਿਆਂ ਨੇ ਮਨਾਇਆ ਕਰੋ। ਮੇਰੀ ਗੱਲ ਸੁਣੋ, ਕੇਕ ਫੈਸਲ ਸਾਹਿਬ ਆਪ ਲੈ ਕੇ ਆਏ ਨੇ। ਕੌਣ ਲਿਆ? ਫੈਸਲ ਸਾਹਿਬ ਲੈ ਕੇ ਆਏ ਨੇ, ਅਸੀਂ ਵੀ ਲਿਆ ਕੇ। ਅੱਲਾ ਦੇ ਬੰਦੇ, 14 ਅਗਸਤ ਸੀ ਨਾ, ਤੇ 14 ਅਗਸਤ ਦੇ ਨਾਲ ਉਹਦੀ ਮੈਚਿੰਗ ਹੋ ਗਈ ਨਾ ਸਾਲਗਿਰਾ ਦੀ, ਤੇ 50-50 ਕਾਹਦੇ ਇਕੱਠੇ ਕਰਨ ਦੇ ਅੱਗੇ ਘੰਟਾ ਪਹਿਲੇ ਉਹ ਤਾਂ ਸੀਗੇ ਯਾਰ। ਪਤਾ ਕੀ ਗੱਲ ਉਸਤਾਦ ਜੀ, ਮੈਂ ਨਾ ਮਾਜ਼ਰਤ ਨਾਲ, ਸਾਰੇ ਮੇਰੇ ਦੋਸਤ ਨੇ, ਮੇਰੇ ਭਰਾ ਹੈਗੇ ਨੇ, ਕੋਈ ਇੱਕ ਇੱਕ ਜੁਗਤ ਤੇ ਇੱਕ ਅਲਫਾਜ਼ ਮੇਰੇ ਬਾਰੇ ਉਸਤਾਦ ਜੀ ਕਹਿਣਾ। ਚਲੋ ਜੀ, ਫੈਸਲ ਰਾਮੇ ਸਾਹਿਬ ਦੇ ਬਾਰੇ ਚ ਸਾਲਗਿਰਾ ਇਹਨਾਂ ਦੀ 14 ਅਗਸਤ ਵਾਲੇ ਦਿਨ ਸਾਲਗਿਰਾ ਹੀ। ਪਹਿਲੇ ਇਹਨਾਂ ਦੀ ਦਾਈ ਨੇ ਖਾਬ ਵੇਖਿਆ ਸੀ, ਫੇਰ ਇਹ ਪੈਦਾ ਹੋਏ 14 ਅਗਸਤ। ਉਹ ਨਹੀਂ ਹੋਏ, ਅੱਛਾ ਹਾਂਜੀ। ਤਾਂ ਜੀ ਮੇਰੀ, ਤੁਸੀਂ ਪਹਿਲੇ ਇੱਕ ਅਛਾਈ ਤੇ ਇੱਕ ਬੁਰਾਈ ਬਿਆਨ ਕਰ ਦਿਓ। ਲਓ, ਆਖਰੀ ਘੜੀ ਚੱਲਣ ਡਈ ਹੈ। ਡੰਗ ਮਾਰਨ ਵਾਲਾ ਖੋਤਾ ਹੁੰਦਾ ਮੈਂ, ਡੰਗ ਮਾਰਦਾ, ਖੋਤਾ ਡੰਗ ਮਾਰਦਾ। ਜੁਗਤ ਕਹਿੰਦੇ ਕਿਨੂੰ? ਨਹੀਂ ਨਹੀਂ, ਦੌਰ ਕਿਹੜਾ ਮਾਰ ਸਕਦਾ। ਪਾਕਿਸਤਾਨ ਦੇ, ਔਰ ਅੱਲਾ ਪਾਕ ਇਹਨਾਂ ਨੂੰ ਸਿਹਤ ਵਾਲੀ ਤੰਦਰੁਸਤੀ ਵਾਲੀ ਜ਼ਿੰਦਗੀ ਦੇਵੇ ਜੀ, ਠੀਕ ਹੈ ਜੀ। ਔਰ ਕੈਸਾ ਹੈ ਜੀ, 47 ਵੀ ਹੈ ਤੇਰੀ? 47ਵੀਂ ਸਾਲਗਿਰਾ ਜੀ। ਮੇਰੀ ਸਾਲਗਿਰਾ ਇੱਕ ਜੁਗਤ ਤੇ ਇੱਕ ਮੇਰੀ ਅਛਾਈ ਬਿਆਨ। ਲੱਡੂ ਵੀ ਹੋ ਜਾਵੇ, ਲੱਡੂ ਵੀ ਹੋ ਜਾਵੇ, ਹੋ ਸਕਦਾ। ਚੱਲ
ਚੱਲ ਹਾਂਜੀ ਸਟਾਰਟ ਕਿੱਥੇ ਕਰਨਾ ਭਾਈ ਜਾਨੀ ਪਹਿਲੇ ਤੁਸੀਂ ਕਰੋ ਕਾਹਦਾ ਕੁਜੁਗਤ ਕਰੋ ਤੂੰ ਵੀ ਤੂੰ ਵੀ ਕਰ ਕਰ ਇਹ ਕੋ ਵੀ ਕਰਵਾ ਜੋ ਖਰਗੋਸ਼ ਨੂੰ ਥਿਆ ਲੱਗੀ ਯਾਰ ਕੀ ਲੱਗੀ ਹੁੰਦੀ ਥਿਆ ਸਿਆਮੇ ਨੇ ਪਿਆਸ ਸਿਆਮੇ ਨੇ ਪਿਆਸ ਕੀ ਬਾਤ ਹੈ ਲੋਹੇ ਦਾ ਨਿੱਪਲ ਹੁੰਦਾ ਮਰਨਾ ਸਾਰੀ ਜ਼ਿੰਦਗੀ ਇੱਦਾਂ ਦੀ ਕਰਨੀਆਂ ਕੁਛ ਹੀ ਨਹੀਂ ਕਰਨੀ ਯਾਰ ਲੋਹੇ ਦਾ ਨਿੱਪਲ ਠੀਕ ਹੈ ਬੱਚੇ ਦਾ ਉਹ ਦੇਖੋ ਚਾਹ ਚੁਕੀਰਲੀ ਕੱਢੀ ਹੁੰਦੀ ਚੱਕ ਮੈਂ ਕਹਿੰਦਾ ਇਦਾਂ ਦੀ ਕਰ ਲਵੇ ਯਾਰ ਆ ਭਾਜੀ ਇਹ ਕਿਉਂ ਨਹੀਂ ਜੁਗਤ ਕਰਦਾ ਉਹ ਮੈਂ ਕਰ ਮੈਂ ਕਦ ਤੋਂ ਕਰਾਂ ਜੁਗਤ ਮੈਂ ਰੰਗ ਦਾ ਪਰੌਠਾ ਹੁੰਦਾ ਮਾਨੇ ਬੜਾ ਗਿੱਲੇ ਚ ਵੀ ਰੰਗਾ ਮੂੰਹ ਤੇਰਾ ਭਾਈ ਭਾਈ ਫਾਨੇ ਬੱਸ ਝਾੜ ਕੇ ਸਵਾਰੀਆਂ ਲਾਈਆਂ ਹੁੰਦੀਆਂ ਟਾਈ ਟਾਈਰਾਂ ਦੇ ਕੰਡਕਟਰ ਹੁੰਦੇ ਹੈ ਬੱਸ ਦੀ ਸਾਲਗਿਰਾ ਕੀਤੀ ਹੁੰਦੀ ਹੈ ਹਾਏ ਅੰਬਾਨੀ ਨੇ ਸਦਕਾ ਲਿਆ ਹੁੰਦਾ ਬੜਾ ਟੈਂਕ ਚ ਸਬਜ਼ੀ ਲਿਆਂਦੀ ਹੁੰਦੀ ਮੁਰਦੇ ਨੂੰ ਮੇਸੇ ਕਾਲਾਂ ਦਿੱਤੀਆਂ ਹੁੰਦੀਆਂ ਮੱਛੀ ਨਾਲ ਮੂੰਹ ਸਾਫ਼ ਕੀਤਾ ਘੁੰਮ ਕੇ ਛਾੜ ਮਾਰੀ ਹੁੰਦੀ ਹੈ ਭਾਈ ਫਾਨੇ ਕੌਂਸਲਰ ਟਰੰਪ ਹੁੰਦਾ ਓਹ ਬਾਂਦਰ ਦੇ ਕੋਲ ਪੱਖਾ ਲਾਇਆ ਹੁੰਦਾ ਜਨਾਨੇ ਦੀਆਂ ਟਿਕਟਾਂ ਕੱਟਦਾ ਮੈਂ ਪਿੱਛੇ ਹੋ ਜਾਵਾਂ ਬੜਕਾ ਮਾਨ ਵਾਲੇ ਮੁਰਦੇ ਅੱਗੇ ਨੀ ਹੋਣਾ ਕੀ ਹੋ ਗਿਆ ਅੱਛਾ ਉੱਤੇ ਹੀ ਚੜੀ ਤੂੰ ਕਰਦਾ ਤੇਰੇ ਤੂੰ ਉੱਥੇ ਪਿੱਛੇ ਹੋ ਕੇ ਜੁਗਤ ਕਰ ਲੈ ਤੋਰ ਕੇ ਮੈਂ ਪਚਾਈ ਹੁੰਦੀ ਮਤਲਬ ਅੱਛਾ ਮੇਰੀ ਗੱਲ ਸੁਣ ਇੱਕ ਮਿੰਟ ਆਪਸ ਦੀ ਗੱਲ ਅੱਛਾ ਰੇਡ ਕੇ ਲੈ ਕੇ ਦੋਵੇਂ ਮੁੰਡੇ ਫੜ ਮਾਨੇ ਭੌਂਕਣ ਵਾਲਾ ਸ਼ੇਰ ਹੁੰਦਾ ਆਪ ਐ ਲੱਗਦਾ ਜਿਦਾ ਦੁਖੀ ਬਿੱਲਾ ਹੁੰਦਾ ਇਹਨਾਂ ਦਾ ਸਾਜ ਇੱਕ ਭਰਾ ਜਹਾਜ਼ ਸੀ ਉਹ ਆ ਗਿਆ ਤੇ ਮਸਜਿਦ ਚਲਾਉਣ ਦਾ ਫਰੈਂਡ ਨੰਬਰ 3012 ਘਰ ਆ ਗਿਆ ਫੈਸਲ ਸਾਹਿਬ ਦੀ ਤੇ ਉਹਨਾਂ ਨੇ ਕਿਹਾ ਇੱਕ ਇੱਕ ਲਾਈਨ ਕੋਈ ਵੀ ਬੋਲੇ ਸਾਰੇ ਬੋਲੋ ਪੈਣ ਮੈਂ ਕਿਹਾ ਪਹਿਲੇ ਅੱਛਾ ਚਲੋ ਜੀ ਕੇਕ ਪਿਆ ਨਾ ਕੇਕ ਨਾ ਖਰਾਬ ਹੋ ਜਾਏ ਹਾਂਜੀ ਹਾਂਜੀ ਜੀ ਫੈਸਲ ਸਾਹਿਬ ਦੇ ਬਾਰੇ ਚ ਕੋਈ ਇੱਕ ਲਾਈਨ ਅੰਡਰਵਰਲਡ ਦਾ ਨਾਈ ਹੁੰਦਾ ਜੀ ਭਾਜਨ ਮੈਂ ਲੈਣ ਕਿਹਾ ਜੁਗਤ ਨਹੀਂ ਕਿਹਾ ਤਾਰੀਫ ਕਰਨੀ ਫੈਸਲ ਸਾਹਿਬ ਹੋਰ ਜਰਾ ਇਸ ਟਾਈਮ ਨਾ 47 ਸਾਲ ਪਰੇਸ਼ਾਨ ਸਰ ਇਹਨਾਂ ਦੀ ਇੱਕ ਸਭ ਤੋਂ ਅੱਛੀ ਤਾਰੀਫ ਇਹ ਹੈ ਕਿ ਇੱਕ ਜੋ ਨਜ਼ਰ ਆਉਂਦੇ ਉਹ ਹੀ ਆ ਵਾਹ 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 ਖਾਲਸ ਆਦਮੀ ਕੀ ਬਾਤ ਮੁਖਲਸ ਆਦਮੀ ਤੁਹਾਡੇ ਨਾਲ ਸਤਾਰ ਜੀ ਪਿਆਰ ਕਰ ਪਿਆਰ ਕਰ ਬੁਰਾਈ ਇੱਧਰ ਮੇਰੇ ਵੱਲ ਵੇਖੋ ਸਤਾਰ ਜੀ ਹਾਂ ਨਹੀਂ ਸਹੀ ਬਿਲਕੁਲ ਮੈਂ ਕਹਿੰਦਾ ਹਿਸਟਰੀ ਬੜੀ ਹਾਂ ਜੀ ਮਿਠਾ ਜੀ ਅਛਾਈ ਤੇ ਬੁਰਾਈ ਦੋਨੋਂ ਬਿਆਨ ਕਰਨੀਆਂ ਜੀ ਨਹੀਂ ਨਹੀਂ ਅਗਲੇ ਨੂੰ ਮੁਨਾਫਕ ਕਹੀ ਜਾਣਾ ਵਾ ਆਪ ਮੇਨ ਹੋ ਜਾਣਾ ਵਾ ਕਿ ਮੈਂ ਹੀ ਸਭ ਕੁਛ ਆ ਕੇ ਲੰਮੇ ਪੈ ਜਾਣਾ ਵਾ ਮੇਰੇ ਕੋਲ ਤਾਂ ਕੱਚਾ ਚਿੱਟਾ ਖਿਲਾ ਲਓ ਮੈਂ ਜਿੰਨਾ ਥੱਪਿਆ ਪਿਆ ਭਾਈ ਤੇ ਨਾਜ਼ਰੀਨ ਬੜੇ ਬੜੇ ਅੱਛੇ ਇਨਸਾਨ ਆ ਜਿੱਡੇ ਵੱਡੇ ਆਰਟਿਸਟ ਆ ਉਹ ਯਾਰ ਇਹ ਤਾਂ ਸਾਰੇ ਗੱਲਾਂ ਕਰਦੇ ਕੋਈ ਜਿਹੜਾ ਨਵੀਂ ਗੱਲ ਨਵੀਂ ਗੱਲ ਕਰ ਕੋਈ ਜਾਇਦ ਗੱਲ ਨਹੀਂ ਹਾਂ ਫੈਸਲ ਸਾਹਿਬ ਇੱਕ ਅੱਛੀ ਅਛਾਈ ਇੱਕ ਬੁਰਾਈ ਉਹਨਾਂ ਨੇ ਆਪ ਕਿਹਾ ਭਾਈ ਡਿਮਾਂਡ ਆ ਉਹਨਾਂ ਨੇ ਮੈਂ ਕਦੋਂ ਗਿਆ ਸਾਈ ਤੂੰ ਗਿਆ ਇੱਕ ਅੱਛੀ ਗੱਲ ਇੱਕ ਬੁਰੀ ਗੱਲ ਮੈਂ ਤੁਹਾਨੂੰ ਗਿਆ ਸੀਗਾ ਸਾਜੀ ਮੇਰੇ ਅੱਛਾ ਅੱਛਾ ਓਕੇ ਓਕੇ ਚਲੋ ਅੱਛਾ ਅਛਾਈਆਂ ਕਰੋ ਬਾਤ ਨਹੀਂ ਬਹੁਤ ਅੱਛੇ ਇਨਸਾਨ ਆ ਜੀ ਫੈਸਲ ਸਾਹਿਬ ਬੜੇ ਅੱਛੇ ਇਨਸਾਨ ਆ ਸਾਰਿਆਂ ਨੂੰ ਲੈ ਕੇ ਨਾਲ ਚੱਲਣ ਵਾਲੇ ਔਰ ਟੀਮ ਦੇ ਵਿੱਚ
ਫਿਰ ਵੀ ਮੈਂ ਕਰਾਂਗਾ ਇੱਕ ਕਹਿੰਦਾ ਜੀ ਜੁਗਤ ਕਰਾਂਗਾ ਇੱਕ ਤਾਰੀਫ ਕਰਾਂਗਾ ਫੈਸਲ ਭਾਈ ਜੂਨੀਅਰ ਬੰਦਿਆਂ ਦਾ ਜਿਹੜੇ ਆਪਣੇ ਤੋਂ ਬਿਲਕੁਲ ਸਹੀ ਗੱਲ ਉਹਨਾਂ ਦਾ ਬੈਲ ਉਹਨਾਂ ਦੇ ਬਹੁਤ ਸਾਥ ਕਰਦੇ ਆ ਜੁਗਤ ਕਰ ਜੁਗਤ ਜੀ ਵਾਗਾਂ ਵਾਲਾ ਹੈਲੀਕਾਪਟਰ ਹੁੰਦਾ ਠੀਕ ਸਾਜੀ ਮੈਂ ਹਾਂਜੀ ਫਿਰ ਮੈਂ ਵੀ ਕਰਨੀ ਸੀ ਸਾਜੀ ਚਲੋ ਕਰੋ ਓਹੋ ਕੁੱਬ ਤੇ ਰਿਆ ਕੇ ਚਲਾਇਆ ਹੁੰਦਾ ਸਰ ਬੰਦਾ ਪੈਦਾ ਹੋ ਗਿਆ ਨਾ ਲੋਜੀਕਲੀ ਉਹ ਸਦੀਆਂ ਕੀ ਕਰੋੜਾਂ ਸਦੀਆਂ ਦੇ ਵਿੱਚ ਵੀ ਉਦਾਂ ਦਾ ਨਹੀਂ ਪੈਦਾ ਹੁੰਦਾ ਹਰ ਲਹਿਦਾ ਲਹਿਦਾ ਹੀ ਹੁੰਦਾ ਪੈਦਾ ਸ਼ਖਸੀ ਐਤਬਾਰ ਨਾਲ ਕੁਛ ਲੋਕ ਜਿਹੜੇ ਆਪਣੀ ਮਿਸਾਲ ਆਪ ਹੀ ਹੁੰਦੇ ਨੇ ਯਾਨੀ ਇੱਕ ਬੰਦਾ ਕਹਿ ਦਿੰਦਾ ਯਾਰ ਮੁਦੱਸਰ ਜਾਂ ਮਿੱਠਾ ਉਹਦੇ ਵਰਗੀ ਤਬੀਅਤ ਫੈਸਲ ਸਾਹਿਬ ਦੀ ਤਬੀਅਤ ਇਹਨਾਂ ਵਰਗੀ ਆ ਇਹਨਾਂ ਤੋਂ ਦੂਸਰੀ ਤਬੀਅਤ ਵਾਲਾ ਬੰਦਾ ਨੇ ਫੈਸਲ ਸਾਹਿਬ ਦੀ ਸਵੇਰ ਪੈ ਜਾਣੀ ਹੈ ਰਹਿਣ ਕਿਉਂਕਿ ਉਹ ਗੱਲ ਫਿਰ ਵੱਧ ਜਾਣੀ ਹੈ ਚਲੋ ਠੀਕ ਮਾਨਾ ਜੀ ਤੁਸੀਂ ਰਹਿਣ ਦਿਓ ਤੁਸੀਂ ਦੱਸੋ ਭਾਜੀ ਕਿਤਾਬ ਲਿਖਣੀ ਦੇਖਿਆ ਬੰਦਾ ਦੂਸਰੀ ਮੁਲਾਕਾਤ ਨਹੀਂ ਵੈਸੇ ਕਿਤੇ ਟੀਵੀ ਸ਼ੀਵੀ ਤੇ ਦੇਖਿਆ ਮੈਂ ਇਹਨੂੰ ਲਾਈਵ ਵੀ ਮਿਲਿਆ ਵਾ ਤੇ ਬਹੁਤ ਅੱਛੇ ਇਨਸਾਨ ਤੇ ਬਹੁਤ ਨਾਈਸ ਆਦਮੀ ਔਰ ਬਹੁਤ ਅੱਛੇ ਭਾਜੀ ਬਸ ਕਰ ਦੋ ਐ ਕਰਕੇ ਗੱਲ ਗੋਲ ਕੀਤੀ ਹੁੰਦੀ ਅੱਛਾ ਤੁਸੀਂ ਵੀ ਚੁੱਪ ਕਰ ਰਹੇ ਹੋ ਕਿਆ ਕਰ ਰਹੇ ਇਹ ਭਾਵਾਂ ਗਾਇਬ ਕਰ ਦੇਵੇ ਕਿਸੇ ਨੂੰ ਤਾਂ ਤੇ ਬੰਦੇ ਨੂੰ ਟ੍ਰਿਪ ਲੱਗੀ ਹੋਈ ਨਾ ਗਾਣਾ ਗਾਉਂਦਾ ਖਲਨਾਇਕ ਨਹੀਂ ਅੱਛਾ ਭਾਈ ਛੱਡ ਦੋ ਇੱਧਰ ਤਾਰੀਫ ਕਰੋ ਜੀ ਫੈਸਲ ਭਾਈ ਬਹੁਤ ਉਹ ਯਾਰ ਸਾਰਿਆਂ ਨੇ ਕਹਿਤਾ ਕੋਈ ਨਵੀਂ ਗੱਲ ਤੇ ਕਰੋ ਤੂੰ ਕਹਿ ਫੈਸਲ ਕੁੱਤਾ ਇਨਸਾਨ ਆ ਗੰਦਾ ਆ ਕੁਛ ਤੇ ਚੇਂਜ ਕਰ ਕੁਛ ਤੇ ਮੈਂ ਕਹਿੰਦਾ ਫੈਸਲ ਸਾਹਿਬ ਇਹਦਾ ਖੱਟੇ ਵਾਲਾ ਜਹਾਜ਼ ਹੁੰਦਾ ਇਦਾਂ ਵਾ 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 ਅੱਛਾ ਸਹੀ ਹਾਂਜੀ ਨਹੀਂ ਅੱਛਾ ਇਨਸਾਨ ਨਹੀਂ ਕਹਿਣਾ ਹੋਰ ਅੱਛੀ ਪੋਜ਼ਿਟਿਵ ਹੋਰ ਵੀ ਲੱਗਦਾ ਯਾਰ ਮਸਾਲਾ ਜਿਹੜੀ ਨਾ ਅੱਛੀ ਗੁਫ਼ਤਗੂ ਹੋ ਗਈ ਅੱਜ ਮਾਰਨੀ ਹੈ ਜੀ ਹਾਂ ਮਾਰ ਲੈ ਕੋਈ ਨਹੀਂ ਹਾਂਜੀ ਇਹਨੂੰ ਬਾਬਾ ਸੀਰ ਹੋਈ ਨਹੀਂ ਸੁਣਦਾ ਇਹ ਫੈਸਲ ਸਾਹਿਬ ਸਾਈਡ ਤੋਂ ਖੋਤਾ ਭਰਿਆ ਹੁੰਦਾ ਲੱਕੀ ਵਾਲੀ ਸਾਈਡ ਤੋਂ ਆਹੋ ਸਾਈਡ ਤੋਂ ਖੋਤਾ ਭਰਿਆ ਅੱਛਾ ਉਹਨਾਂ ਨੂੰ ਵੀ ਪਸੰਦ ਆਈ ਗੱਲ ਹੈ ਨਾ ਨਹੀਂ ਸਰ ਜੀ ਤਾਰੀਫ ਤਾਂ ਹੁੰਦੀ ਹੈ ਨਾ ਫਿਰ ਉਹ ਸਾਰੇ ਕਰਦੇ ਨੇ ਲੇਕਿਨ ਤਾਰੀਫ ਬੋਲਦਾ ਕਿਸੇ ਮੰਜੇ ਬਣਦਾ ਸੁਣ ਲਿਆ ਕਰ ਜੀ ਸੁਣਨ ਦਿਆਂ ਹੁਣ ਇਹਦੀ ਵਾਰੀ ਬੋਲਿਆ ਮੈਂ ਤਾਰੀਫ ਕਰਨ ਦਿਆਂ ਭਾਈ ਫੈਸਲ ਦੀ ਕਰਨ ਦੇ ਤੂੰ ਕਹਿ ਰਿਹਾ ਅੱਛਾ ਇਨਸਾਨ ਸੱਤਾਂ ਨੇ ਕਹਿਤਾ ਅੱਛਾ ਤੂੰ ਵੀ ਅੱਛਾ ਤੂੰ ਕਹਿੰਦੀ ਅੱਛਾ ਨਹੀਂ ਕਹਿਣ ਡੇ ਬੋਲਦਾ ਨਹੀਂ ਤੂੰ ਬੋਲੀ ਲੈ ਹਾਂਜੀ ਤਾਜੀ ਤਾਰੀਫ ਜਿਹੜੀ ਹੁੰਦੀ ਨਾ ਇੱਕ ਮੀਹ ਚੰਪੈਰ ਖੜਾ ਹੁੰਦਾ ਯਾਰ
ਕੈਮਰਾ ਨਾ ਚੜਦੀ ਤਰ੍ਹਾਂ ਜਾ ਫਰਿੱਜ ਦੇ ਕਾਰਟੂਨ ਚੜੇ ਹੁੰਦਾ ਬਾਂਦਰੀ ਚੂੜੀਆਂ ਚੜਾਉਣਾ ਜੀ ਯਾਰ ਪਹਿਲੇ ਤੂੰ ਕਰ ਲਾ ਮੈਂ ਤਾਰੀਫ ਕਰਨ ਯਾਰ ਮਾਨੇ ਮੈਂ ਭਾਈ ਮਾਨੇ ਤੇਰੇ ਵਾਰੀ ਬੋਲਿਆ ਯਾਰ ਬੋਲੀ ਬਹੁਤ ਸੋਹਣੀ ਪਿੰਡਾਂ ਪੁਰਾਣੇ ਦੌਰ ਚ ਦੇਖਿਓ ਸੀ ਉਹ ਬਾਹਰ ਬਹਿਣ ਜਾਂਦੇ ਹੁੰਦੇ ਸੀ ਏਦਾਂ ਦੀਆਂ ਬਾਹਰ ਬਹਿਣ ਗਈਆਂ ਆਪਣੇ ਯਾਰਾਂ ਤੋਂ ਉੜ ਜਾਂਦੀਆਂ ਲੱਗਣੀ ਬਹੁਤ ਅੱਛੇ ਨਿਹਾਇਤ ਮੈਂ ਕਹਿਣਾ ਵਾ ਇਹ ਬਾਤ ਸਾਰੀ ਗੱਲ ਹੈ ਕਿ ਜੂਨੀਅਰ ਦੇ ਨਾਲ ਬਹੁਤ ਜ਼ਿਆਦਾ ਮੁਖਲਸ ਯਾਰ ਮਾਨੇ ਤੂੰ ਹਟਦਾ ਨੀ ਤੈਨੂੰ ਕੀ ਮਸਲਾ ਯਾਰ ਹੁਣ ਅਸੀਂ ਪੌਣਾ ਘੰਟਾ ਹੋ ਗਿਆ ਛੋਟੇ ਭਰਾਵਾਂ ਦੀ ਚੁੰਮੀਆਂ ਲੈ ਲਈਆਂ ਹੋਟਲ ਵਾਲੇ ਦੇ ਜਾਦੂ ਤਾਰੀਫ ਕਰਕੇ ਕੱਢਦਾ ਕੀ ਵਿੱਚੋਂ ਤੇਰੀ ਵਾਰੀ ਬੋਲਿਆ ਯਾਰ ਤੂੰ ਇੱਧਰ ਗੱਲ ਕਰ ਚੱਲ ਤੂੰ ਇੱਧਰ ਭਾਜੀ ਨਾਲ ਗੱਲ ਕਰ ਪਿੱਛੇ ਪਿੱਛੇ ਮੈਨੂੰ ਕੱਢ ਲੈ ਮੈਂ ਛੋਟਾ ਭਾਈ ਇਹਨਾਂ ਦਾ ਉਹ ਵੀ ਛੋਟਾ ਭਾਈ ਸੀ ਉਹਨੇ ਕੋਈ ਗੁੱਸਾ ਕੀਤਾ ਮੈਂ ਇੰਟਰਫੇਅਰ ਕਰਦਾ ਉਹ ਖਾਨਦਾਨ ਨਹੀਂ ਖਾਨਦਾਨ ਨਸਲ ਫਰਕ ਹੁੰਦਾ ਉਹ ਤੈਨੂੰ ਗੰਦੀ ਨਸਲ ਦਾ ਕਹਿ ਰਿਹਾ ਮਤਲਬ ਮੈਂ ਕਹਿ ਦਾ ਮਤਲਬ ਮੈਨੂੰ ਗਾਲਾਂ ਕੱਢ ਦਿਓ ਬਹੁਤ ਅੱਛੀ ਨਸਲ ਨਹੀਂ ਨਹੀਂ ਮੈਂ ਕਹਿ ਦਾ ਟੋਕੇ ਨਾਲ ਸੋਹਰਾ ਬੰਨਿਆ ਹੁੰਦਾ ਇੱਕ ਮਿੰਟ ਗੱਲ ਸੁਣ ਲਾ ਪਹਿਲੇ ਮੇਰੀ ਬੈਂਕਾਕ ਦਾ ਨੀ ਉਹ ਹੁੰਦਾ ਮੁਲਾਜ਼ਮ ਹੁੰਦਾ ਅੱਛਾ ਚਲੋ ਕਰੋ ਗੱਲ ਫੈਸਲ ਸਰ ਦੀ ਇਹ ਬੜੀ ਇੱਕ ਤਾਰੀਫ ਹੈ ਸਤਾਜ ਜੀ ਮੈਨੂੰ ਤੂੰ ਸਮਝ ਤੇਰੇ ਇੱਧਰ ਬੈਠਾ ਹੀ ਕੋਈ ਨੀ ਜੂਨੀਅਰ ਜਿੰਨੇ ਵੀ ਉਹਨਾਂ ਨੂੰ ਖਲਾਉਂਦੇ ਨੇ ਸਾਜ ਜੀ ਠੀਕ ਹੈ ਮਤਲਬ ਕਿਉਂ ਕੀ ਸਾਰੇ ਛਿਲੇ ਜਾਣ ਥੱਪੜ ਮਾਰ ਦੇਣਾ ਯਾਰ ਗੱਲ ਕਰ ਲਾਂਦੇ ਯਾਰ ਇਹ ਕੀ ਬਦਤਮੀਜ਼ੀ ਤੋਂ ਵੱਡਾ ਵਾ ਸੀਨੀਅਰ ਵੀ ਆ ਸਾਰਾ ਪਿਆਰ ਨਾਲ ਹਾਂ ਉਮਰ ਚ ਵੀ ਵੱਡਾ ਵਾ ਸੀਨੀਅਰ ਵੀ ਆ ਤਜਰਬਾਕਾਰ ਵੀ ਤਜਰਬਾਕਾਰ ਵੀ ਸ਼ੁਗਰ ਲਗਾ ਥੱਪੜ ਮਾਰ ਦੇ ਵਾਪਸ ਸੋਰੀ ਕਰ ਸੋਰੀ ਕਰ ਚੱਲ ਕਰ ਲਾ ਸੋਰੀ ਜਨਾਬ ਸਰ ਮੈਂ
ਤੂੰ ਰਹਿਣ ਦੇ ਤਰੀਫ ਛੱਡ ਦੇ ਯਾਰ, ਅਸੀਂ ਕਰਾਉਣੀ ਨਹੀਂ। ਲਾ ਜੀ ਹੁਣ ਮੈਂ ਨਹੀਂ ਬੋਲੂਗਾ ਘਰੇ, ਜੇ ਬੋਲਿਆਂ ਦੇ ਲਾਸਟ ਚਾਂਸ। ਚਲੋ ਤੇਰੀ ਮਿਹਰ, ਜਿੰਨੀ ਦੇਰ ਤੱਕ ਪੂਰੀ ਤਰੀਫ ਮੁੱਕਣੀ ਨਹੀਂ ਤੇਰੀ ਆਵਾਜ਼ ਨਾ ਆਵੇ। ਹਾਂ ਬਹੁਤੀ ਨਾ ਲੰਮੀ ਕਰ ਦੇਣੀ ਯਾਰ, ਹੁਣ ਉਹਦੀ ਮਰਜ਼ੀ ਹੈ ਯਾਰ ਕਿੰਨੀ ਕੁ ਲੰਮੀ ਕਰ ਲੂਗਾ। ਚੱਲ ਯਾਰ, ਉਸਤਾਦ ਜੀ ਜਿਹੜੀ ਸ਼ਫਕਤ ਕਹਿੰਦੇ ਨਾ, ਜਿਹਨੂੰ ਸ਼ਫਕਤ ਛੋਟਿਆਂ ਦੇ ਕਰਨਾ, ਉਸਤਾਦ ਜੀ ਇਹਨਾਂ ਤੋਂ ਖਤਮ। ਠੀਕ ਹੈ, ਸਾਡੇ ਨਾਲ ਸ਼ਫਕਤ ਕਰਦੇ ਆ। ਠੀਕ ਹੈ ਠੀਕ ਆ, ਬਕਾਇਦਾ ਇੱਕ ਸ਼ਫਕਤ ਦੇ ਮੂੰਹ ਤੇ ਵੀ ਕਰਾਇਆ ਨੇ ਮੈਨੂੰ ਉਹਦੇ। ਅੱਛਾ ਤਰੀਫ ਕਰ, ਹੁਣ ਭੰਡ ਭੁਣਾ ਨਾ ਵਿੱਚ ਪਾ, ਤਰੀਫ ਕਰ ਸਿੱਧੀ ਗੱਲ ਮੁਕਾ ਨਾ ਵੀ, ਏਦਾਂ ਨਹੀਂ ਵੀ। ਅੱਛਾ ਇਨਸਾਨ ਆ, ਅੱਛਾ ਨਹਾਇਤ ਹੀ ਅੱਛਾ ਇਨਸਾਨ ਆ। ਠੀਕ ਆ, ਤੁਸੀਂ ਇਹਦੇ ਕੋਲ ਪੈਸੇ ਲੈਣੇ ਜਿਹੜੇ ਇਹਨੇ ਧਾਰੇ ਲਏ ਕਿੰਨੇ? ਹਾਂ ਚਲੋ ਸਮਝ ਤੇ ਆਈ ਨਾ ਵੀ ਕਿਉਂ ਅੱਛਾ ਇਨਸਾਨ। ਠੀਕ ਹੋ ਗਿਆ, ਚਲੋ ਠੀਕ। ਮੈਂ ਵੀ ਹਜ਼ਾਰ ਜੀ, ਮੈਂ ਜੋ ਭਾਨ ਫੈਸਲ ਦੇ ਬਾਰੇ ਕਿਹਾ ਉਹ ਜਸਟ ਮਜ਼ਾਕ ਸੀ। ਨਾਈਸ ਮੈਨ, ਗ੍ਰੇਟ ਮੈਨ, ਇੱਕ ਵਾਰੀ ਇਹਨਾਂ ਵਾਸਤੇ ਕਲੈਪ ਹੋਣੀ ਚਾਹੀਦੀ ਆ। ਆਹੋ ਹੁਣ ਇੱਥੇ ਰਹਿਣਾ ਵੀ ਤਾਂ ਕੰਮ ਹੀ ਤਾਂ ਕਰਨ ਨਾਲ। ਲੇਕਿਨ ਉਸਤਾਦ ਜੀ ਨਹੀਂ, ਸੱਚੀ ਮੁੱਚੀ ਉਸਤਾਦ ਜੀ ਪਿਛਲੇ ਚੰਦ ਦਿਨਾਂ 'ਚ ਮਿੱਠੇ ਪੁਰੀ ਨੇ ਸੱਚੀ ਮੁੱਚੀ ਮੇਰਾ ਦਿਲ ਜਿੱਤਿਆ। ਤੁਹਾਡੀ ਸਿਹਤ ਮਾੜੀ ਹੋਈ ਕੱਟੀਏ ਮਾਨਾ ਜੀ ਹੁਣ ਕੇਕ ਤੇ ਚੈੱਕ ਕਰੋ। ਪਤਾ ਕੀ ਗੱਲ, ਮੈਨੂੰ ਤੁਹਾਡੇ ਨਾਮ ਦਾ ਉਹ ਦੇਖਣਾ, ਮੈਂ ਦੱਸਿਆ ਭਾਈ ਜਾਨੀ ਆ, ਭਾਈ ਫੈਸਲ ਆਮੇ ਆ, ਕਾਲੂ। ਅੱਛਾ ਇਹ ਕੱਖ ਨੀ, ਇਹ ਕੁਛ ਵੀ ਨੀ, ਉਹ ਨਜ਼ਰ ਆਉਣ ਡਿਆ। ਅੱਛਾ ਉਹ ਦਾਨਿਸ਼ ਆ, ਅਬਾਸ ਆ, ਮਿੱਠਾ। ਮੈਂ ਅਕਸਰ ਇਹਨਾਂ ਦੇ ਨਾਂ ਭੁੱਲ ਜਾਂਦਾ ਦੋਵਾਂ ਦੇ। ਉਹ ਦਾਨਿਸ਼ ਆ ਜੁੜਵਾ ਤਾਂ ਨਹੀਂ ਕਿਤੇ? ਨਹੀਂ ਇੰਨਾ ਫਰਕ ਨਹੀਂ, ਇਦਾਂ ਵਧਾਈ ਦਾ ਨਾਮ ਵੀ ਬਾਕੀ ਮੈਂ ਭੁੱਲ ਜਾਂਦਾ ਤੇ ਦਾਨਿਸ਼ਾ ਵਾ। ਧੋ ਕੇ ਲਿਆ ਅੰਦਰੋਂ ਤਾਂ ਜੀ, ਧੋਤੀ ਆ ਤੇ ਉਤੋਂ ਬਾ ਫੜ ਨਹੀਂ ਲਈ ਤੂੰ? ਹਾਂ ਇੰਜ ਕਿਉਂ ਕਰਨ ਡਿਆ ਤੂੰ? ਹਾਂ ਬਹੁਤ ਛੇ, ਬਹੁਤ ਅੱਛਾ। ਪਹਿਲੇ ਅੱਜ ਧੋ ਕੇ, ਛੁਰੀ ਧੋ ਕੇ, ਫਿਰ ਉਹਨੂੰ ਹੱਥ ਨਹੀਂ ਲਾਉਣਾ। ਉਸਤਾਦ ਜੀ ਇੱਕ ਵਾਰੀ ਭਾਈ ਫਾਨੇ ਕੋਲ ਸਾਰਾ ਨਾਮ ਪੁੱਛੋ। ਉਹ ਫਾਨਾ ਨਹੀਂ ਯਾਰ ਭਾਈ, ਓਏ ਫਾਨਾ ਨਾ, ਭਾਜੀ ਨੂੰ ਫੜੋ ਜਰਾ ਇਹਨੂੰ। ਉਹ ਇੱਕ ਵਾਰੀ ਨੀਲਾ ਲੱਗਦਾ ਜਿਹੜਾ ਦੌੜ ਕੇ ਬਾਂਸ ਤੇ ਨਹੀਂ ਚੜਦਾ। ਕਾਲੂ ਲੱਤ ਘੁਮਾ ਦੇ ਲੋ ਜੀ, ਆਓ ਜੀ ਇੱਧਰ, ਇੱਥੇ ਹੀ ਮੈਂ ਤੁਹਾਡੇ। ਚਲੋ ਆਜੋ, ਹੈਪੀ ਬਰਥਡੇ ਮੇਰੇ ਨੂੰ ਜਸਤ ਸਤਾ ਜੀ ਦਾ। ਚਲੋ ਜੀ ਆਓ ਜੀ ਸਾਰੇ ਭਾਈ ਬੰਦੇ। ਓ ਤੇਰਾ ਹੈਪੀ ਬਰਥਡੇ ਹੋ, ਤੇਰਾ ਹੈਪੀ ਬਰਥਡੇ, ਹੈਪੀ ਤੇਰਾ। ਨਹੀਂ ਨਹੀਂ ਤੁਸੀਂ ਉਹੀ ਕਰੋ ਜਿਹੜਾ ਰਵਾਇਤੀ ਆ। ਅੱਛਾ ਚਲੋ, ਹੈਪੀ ਬਰਥਡੇ ਓ
ਫੈਸਲ ਸਾਹਿਬ ਨੂੰ ਉਡਾ ਨਾ ਦੇਈ ਕਿਤੇ ਉਸਤਾਦ ਜੀ ਮੇਰੀ ਸਾਲਗਿਰਾਹ ਯਾਰ ਇੱਕ ਮਿੰਟ ਜਸਟ ਮਿੰਟ ਮੇਰੀ ਸਾਲਗਿਰਾਹ ਉਸਤਾਦ ਜੀ ਮਾਨੇ ਨੂੰ ਕੋਈ ਉਸਤਾਦ ਜੀ ਉਹੀ ਗਾਣਾ ਸੁਣਾ ਦੇਵੇ ਸਾਨੂੰ ਜੇ ਪਿਆਰ ਮੇ ਪਿਆਰ ਮੇ ਕਿਉਂ ਹੋਤਾ ਜਿਹੜਾ ਸਭ ਤੋਂ ਵਧੀਆ ਲੱਗਦਾ ਭਾਈ ਫੈਸਲ ਉਹ ਗਾਣੇ ਤੇ ਹਦਾਇਤ ਤਾਬੇਦਾਰ ਇਹ ਐ ਤੁਸੀਂ ਵੀ ਨਾ ਮਤਲਬ ਇੱਥੇ ਬੈਠੇ ਬੈਠੇ ਨਾਲ ਮਾੜਾ ਮਾੜਾ ਇਹਨਾਂ ਬਜ਼ੁਰਗਾਂ ਨੂੰ ਦਿਓ ਕੀ ਮਤਲਬ ਇਹਨੂੰ ਮੈਂ ਅੱਜ ਤਾਂ ਮੈਂ ਲੈ ਕੇ ਆਇਆ ਨਾ ਉਸਤਾਦ ਜੀ ਮੈਂ ਉਹਨੂੰ ਕਿਹਾ ਮੈਂ ਕਿਹਾ ਮਾਨੇ ਮੈਨੂੰ ਉੱਥੇ ਜਾ ਕੇ ਜੁਗਤ ਕੋਈ ਨਹੀਂ ਕਰਨੀ ਕਿਉਂ ਤੂੰ ਲੈ ਕੇ ਤਾਂ ਨਹੀਂ ਖਾਓ ਨਹੀਂ ਯਾਰ ਗਲਤ ਗੱਲ ਕਰਦੇ ਨੇ ਦਿਲੋਂ ਵਿੱਚ ਜੁਗਤ ਜੋ ਮਰਜ਼ੀ ਉਹ ਕਰਦਾ ਲੇਕਿਨ ਉਹ ਜਦੋਂ ਤਰੀਫ ਕਰਦਾ ਮੈਂ ਤੇਰੀ ਬਾਹਰ ਦੋਸਤਾਂ ਦੀ ਤਰੀਫ ਕਰਨਾ ਤੇ ਯਾਰ ਬੜਾ ਅੱਛਾ ਬੰਦਾ ਯਾਰ ਤੂੰ ਵੀ ਪਰਨਾ ਜੀ ਕਿਆ ਬਾਤ ਪੈਰਾਂ ਨਾਲ ਚੈਪ ਲਾਇਆ ਹੁੰਦਾ ਮੱਕੜੀ ਗੱਲਾਂ ਕਰਨ ਲਈ ਹੁੰਦੀ ਕਿਆ ਬਾਤ ਰੇਲੀ ਨਾ ਕੱਢ ਲਈ ਪਿੰਡ ਜਾ ਕੇ ਠਹਿਰ ਜਾ ਕੇ ਸਾਡੇ ਬਾਰੇ ਕੀ ਖਿਆਲ ਆ ਤੁਹਾਡਾ ਯਾਰ ਸਾਰੇ ਨਾ ਸਾਹਿਬ ਸਾਰੇ ਅੱਛੇ ਸਾਰੇ ਇਹ ਜਿਹੜਾ ਬੰਦਾ ਸਾਹਮਣੇ ਬੈਠਾ ਮੇਰੀ ਸਾਲ ਗਿਰਾ ਉਹਨੂੰ ਕਹਿ ਦਵੋ ਨਾ ਗਾਣੇ ਦਾ ਮਹਾਨ ਬੰਦੇ ਹੋ ਮੈਂ ਜਿੱਥੇ ਵੀ ਭਾਜੀ ਮੈਂ ਕਿਸੇ ਕੰਮ ਦੇ ਗਿਆ ਦੋਸਤਾਂ ਚ ਬੈਠਾ ਜਿੱਥੇ ਵੀ ਜ਼ਿਕਰ ਹੋਇਆ ਮੈਂ ਇਸ ਬੰਦੀ ਦੀ ਤਾਰੀਫ ਕੀਤੀ ਬੰਦਾ ਬਹੁਤ ਮੇਰੀ ਨਹੀਂ ਹੈ ਤੂੰ ਵੈਸੇ ਹੀ ਬਹੁਤ ਸੁੱਕਾ ਜਿਹਾ ਤੇਰੀ ਤਰੀਫ ਕਰਨੀ ਮਾਨੇ ਨੂੰ ਵੀ ਦਿਓ ਸਾਜੀ ਉਹਦੇ ਬੁਨੀਆ ਉਹ ਮੈਨੂੰ ਪਕਾ ਕੇ ਦੇਣੀ ਮਾਨੇ ਹਾਂ ਐਸੇ ਹੀ ਹਾਂ ਕਹਿੰਦਾ ਕੰਡਕਟਰ ਤੂੰ ਮਰੇ ਹਾਂ ਕਿ ਕਿਰਾਇਆ ਫੜਾਉਂਦੇ ਤੈਨੂੰ ਲਓ ਜੀ ਨਾਰਿਨ ਕੇਕ ਭਾਈ ਫੈਸਲ ਮਜ਼ਦਾਰ ਸੀ ਯਾਰ ਬਹੁਤ ਅੱਛੇ ਨਾਈਸ ਸਾਰਿਆਂ ਨੂੰ ਮੁਬਾਰਕ ਤੈਨੂੰ ਸਾਰੇ ਇਸ ਟਾਈਮ ਲਿਖ ਰਹੇ ਹੋਣੇ ਮੈਨੂੰ ਪਤਾ ਬਿਲਕੁਲ ਠੀਕ ਹੈ ਜੀ ਭਾਈ ਫੈਸਲ ਸਾਰਿਆਂ ਨੂੰ ਖੈਰ ਮੁਬਾਰਕ ਹੈ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਹਿਲੇ ਦੱਸ ਦਿੱਤਾ ਪਤਾ ਹੀ ਨਹੀਂ ਚਲਾ ਕਿ ਕਬ ਇਤਨੇ ਵਕਤ ਗੁਜ਼ਰ ਗਿਆ ਔਰ ਹਮ ਜਵਾਨ ਹੋ ਗਏ ਔਰ ਸੱਚ ਮੇਂ ਬਹੁਤ ਜ਼ਿਆਦਾ ਡਰ ਲੱਗਤਾ ਹੈ ਅਬ ਜਵਾਨ ਹੋਤੇ ਹੋਏ ਉਮਰਾਂ ਨੰਗੀਆਂ ਪੱਬਾਂ ਭਾਰ ਹਾਂਜੀ ਸਰ ਹਾਂਜੀ ਹੂੰ ਚਲੋ ਜੀ ਟੰਡਾ ਦਾ ਵੀ ਜ਼ਿਕਰ ਕਰੋ ਅੱਛਾ ਜੀ ਮੇਰੀ ਗੱਲ ਸੁਣੋ ਕੀ ਮੈਂ ਗੱਲ ਕਰਨ ਲੱਗਾ ਸੀ ਗਾਣਾ ਸੁਣਨ ਲੱਗੇ ਸੀ ਹਾਂ ਮੈਂ ਕਹਿਣ ਲੱਗਾ ਸੀ ਮਾਨੇ ਨੇ ਗਾਣਾ ਸੁਣਾਇਆ ਸੀ ਨਾ ਸਾਨੂੰ ਅੱਜ ਮੈਂ ਇੱਕ ਹੋਰ ਗਾਣਾ ਸੁਣਾਉਂਦਾ ਨਹੀਂ ਪਹਿਲੇ ਉਹ ਸੁਣਨਾ ਪਹਿਲੇ ਉਹ ਸੁਣਨਾ ਸਾਰਾ ਇਹ ਪਿਆਰ ਮੇਂ ਕਿਉਂ ਹੋਤਾ ਹੈ ਪਿਆਰ ਮੈਂ ਕਿਉਂ ਹੋਤਾ ਹੈ ਸੁਣਾਇਆ ਸੀ ਮੈਨੂੰ ਯਾਦ ਆ ਗਿਆ ਖੜੇ ਤੇ ਬਹਿ ਕੇ ਲੋਕ ਇਸ਼ਕ ਮੇ ਕਿਆ ਸੇ ਕਿਆ ਹੋਏ ਮਿਲ ਗਏ ਕਭੀ ਜੁਦਾ ਹੋਏ ਜਬ ਦੁਬਾ ਸੇ ਵੀ ਜ਼ਖਮ ਨਾ ਭਰੇ ਐਸੇ ਹਾਲ ਮੇ ਸੋਚੋ ਕੋਈ ਕਿਆ ਕਰੇ
ਕਿਉਂਕਿ ਸੀ ਕੋ ਦੁਆ ਕੇ ਬਦਲ ਦੁਆ ਨਹੀਂ ਮਿਲਤੀ ਲਓ ਜੀ ਨਾਜ਼ਰੀਨ ਤਕਰੀਬਨ ਟਾਈਮ ਜਿਹੜਾ ਪ੍ਰੋਗਰਾਮ ਦਾ ਪੂਰਾ ਹੋ ਗਿਆ। ਇੱਕ ਸਾਡੇ ਨਾਲ ਸਿੰਗਰ ਨੇ ਬੜੇ ਅੱਛੇ ਸਾਡੇ ਬੈਠੇ ਨੇ ਸਾਡੇ ਵੱਲ ਦੇਖ ਰਹੇ ਨੇ ਬੜੇ ਪਿਆਰ ਨਾਲ ਜਨਾਬ ਸ਼ਾਨ ਭਾਈ ਸਾਹਿਬ। ਸ਼ਾਨ ਭਾਈ ਸਾਨੂੰ ਗਾਣਾ ਸੁਣਾਉਣਗੇ ਇੱਕ, ਹੁਣ ਤੁਸੀਂ ਵਿੱਚੋਂ ਕੋਈ ਅੱਧੇ ਕੁ ਜਾਣੇ ਉੱਠ ਜਾਓ ਅਤੇ ਅੱਧੇ ਕੁ ਜਾਣੇ ਫਿਰ ਸ਼ਾਨ ਭਾਈ ਇੱਧਰ ਆ ਜਾਣ ਅਤੇ ਨਾਲ ਬੱਟ ਸਾਹਿਬ ਸਾਡਾ ਯਾਰ ਬੱਟ ਢੋਲਕ ਵਾਲਾ, ਠੀਕ ਹੈ, ਨਾਲ ਇੱਥੇ ਤਬਲੇ ਵਾਲੇ ਭਾਈ ਜਾਣ ਆ ਜਾਣਗੇ। ਅਸੀਂ ਸੈਟਅਪ ਕਰਦੇ ਉਹਨਾਂ ਕੋਲੋਂ ਗਾਣਾ ਸੁਣਦੇ, ਇੱਕ ਗਾਣੇ ਤੋਂ ਬਾਅਦ ਫਿਰ ਦੁਬਾਰਾ ਹਾਜ਼ਰ ਹੁੰਦੇ ਹਾਂ ਜਨਾਬ। ਪਿਆਰ ਤੇਰਾ ਜ਼ਿੰਦਗੀ ਮੇਰੀ ਕਰਨੀ ਏ ਮੈਂ ਪੂਜਾ ਤੇਰੀ, ਤੈਨੂੰ ਦਿਲ ਵਾਲੇ ਹੋਏ ਤੈਨੂੰ ਦਿਲ ਵਾਲੇ ਸ਼ੀਸ਼ੇ 'ਚ ਸਜਾਇਆ, ਤੈਨੂੰ ਦਿਲ ਵਾਲੇ ਸ਼ੀਸ਼ੇ 'ਚ ਸਜਾਇਆ। ਕਿਆ ਬਾਤ ਹੈ, ਜ਼ਬਰਦਸਤ ਮਾਸ਼ਾਅੱਲਾ, ਕਿਆ ਕਹਿੰਦੇ, ਬਹੁਤ ਅੱਛੇ। ਅਤੇ ਹੋਰ ਕੋਈ ਮਾਨਾ ਜੀ ਕੋਈ ਗੱਲਬਾਤ? ਨਹੀਂ ਨਹੀਂ ਮਾਨਾ ਯਾਰ, ਮੇਰੀ ਗੱਲ ਸੁਣਨਾ, ਦੇਖ ਮੇਰੀ ਗੱਲ ਯਾਰ, ਤੁਸੀਂ ਦੱਸਣਾ ਨਾਜ਼ਰੀਨ ਕਿ ਮੈਂ ਇਹਨੂੰ ਕਹਿ ਰਿਹਾ ਯਾਰ ਤੂੰ ਸਾਡੇ ਕੋਲ ਆ ਜਾ, ਯਾਨੀ ਸਾਡੀ ਟੀਮ 'ਚ ਆ ਜਾ, ਮਾਨੇ ਨੂੰ ਮੈਂ ਕਹਿ ਰਿਹਾ, ਠੀਕ ਹੈ ਜੀ, ਉਹ ਲੰਗਰ ਪਾਣੀ ਹੈ ਨਾ, ਮਤਲਬ ਰੰਗ ਦਾ ਕੰਮ ਕਰ ਰਿਹਾ ਜਾਂ ਕੋਈ ਮਜ਼ਦੂਰੀ ਕਰ ਰਿਹਾ ਜਾਂ ਵਿਹਲਾ ਫਿਰ ਰਿਹਾ, ਨਹੀਂ ਕਰ ਰਿਹਾ ਵਿਹਲਾ? ਅੱਛਾ ਨਹੀਂ ਮੈਂ ਗੱਲ ਕਰ ਰਿਹਾ ਨਾ, ਅੱਛਾ ਤੂੰ ਵਿੱਚ ਨਾ ਤਸ਼ਵੀਰ ਠਹਿਰ ਜਾਣਾ, ਜੋ ਤੂੰ ਜਦੋਂ ਇੱਥੇ ਆਉਣਾ ਨਾ ਵੀ, ਜੇ ਤੈਨੂੰ ਲੱਗ ਜੇ ਵੀ ਮੈਂ ਕਿਤੇ ਕੋਈ ਬੱਜ ਗਿਆ ਜਾਂ ਮੈਂ ਕਿਤੇ ਜੋਬ ਆ ਤਾਂ ਫਿਰ ਤੂੰ ਗੱਲ ਕਰੀ, ਤੂੰ ਇੰਝ ਪੂਰਾ ਅਪਾਰਕ ਅਸੀਂ ਛੱਡ ਦੇਣਾ ਤੂੰ। ਓਹੋ ਯਾਰ ਮੈਂ ਗੱਲ ਠਹਿਰ ਜਾਣਾ, ਉੱਥੇ ਨੁੱਕਰ 'ਤੇ ਅਸੀਂ ਤੇਰਾ ਛੋਟਾ ਜਿਹਾ ਬਣਾ ਦਾਂਗੇ ਸਿਸਟਮ ਸੈਟਅਪ, ਉਹ ਪਰੇ ਜੰਗਲਾ ਥੋੜ੍ਹਾ ਰੱਖ ਦਾਂਗੇ, ਪਿਆਲੀ 'ਚ ਪਾਣੀ ਪਾ ਕੇ ਰੱਖ ਦਾਂਗੇ, ਠੀਕ ਹੈ, ਤੂੰ ਜੋ ਮਰਜ਼ੀ ਜਿੱਥੇ ਮਰਜ਼ੀ ਨਸ ਭੱਜ ਫਿਰ ਉਦੋਂ ਗੱਡੀ ਦੇ ਥੱਲੇ ਵੜ ਜਾ ਭਾਵੇਂ, ਠੀਕ ਹੈ, ਭਾਵੇਂ ਜੋ ਮਰਜ਼ੀ ਅੰਦਰ ਬਹਿ ਜਾ, ਮਤਲਬ ਜਿੱਦਾਂ ਤੇਰਾ ਦਿਲ ਕਰਦਾ, ਭਾਂਡਿਆਂ 'ਚ ਨਾ ਮੂੰਹ, ਭਾਂਡਿਆਂ 'ਚ ਨਹੀਂ ਮੂੰਹ ਮਾਰ ਲਈ, ਉਹ ਮੁੱਛਾਂ ਛੋਟੀਆਂ ਕਰਾ ਲਾ, ਕਿਉਂਕਿ ਤੇਰੀਆਂ ਸਿਰਫ ਇਹ ਪਲੀਤ ਹੁੰਦੀਆਂ ਬਸ, ਝੂਠਾ ਲੈਣਾ ਉਹ ਬਸ ਝੂਠਾ ਨਹੀਂ ਮੱਲਣਾ, ਠੀਕ ਹੈ ਨਾ। ਅਤੇ ਮੈਂ ਇਹਨੂੰ ਕਹਿ ਰਿਹਾ ਤੁਸੀਂ ਦੱਸਣਾ, ਅੱਛਾ ਤੂੰ ਪੜ੍ਹਿਆ ਕਿੰਨੀਆਂ ਵਾ? ਮੈਂ ਮੈਟ੍ਰਿਕ। ਨਹੀਂ ਨਹੀਂ ਸਹੀ ਦੱਸ,
ਮੈਟ੍ਰਿਕ ਕਲੀਅਰ ਕੀਤਾ ਤੁਸੀਂ? ਮੈਟ੍ਰਿਕ ਪੜਿਆ? ਹਾਂਜੀ, ਇਹਨੂੰ ਨਾ ਰੱਖੋ, ਤੁਹਾਡੇ ਤੋਂ ਉਹ ਅੱਗੇ ਦੀ ਆਈਟਮ ਨਹੀਂ ਕਲਾਸਾਂ ਪੜਿਆ ਵਾ ਹੈ, ਲੇਕਿਨ ਮੈਟ੍ਰਿਕ ਦਾ ਨਹੀਂ ਪਤਾ ਪੜਿਆ। ਮੈਟ੍ਰਿਕ ਨਹੀਂ, ਠਹਿਰ ਜਾਓ ਯਾਰ, ਇੱਕ ਮਿੰਟ ਠਹਿਰ ਜਾਓ। ਮੈਟ੍ਰਿਕ ਪਾਸ ਆ ਜਾਂ ਮੈਟ੍ਰਿਕ ਤੱਕ ਗਿਆ? ਅੰਡਰ ਮੈਟ੍ਰਿਕ। ਤੇ ਝੂਟਗਾ ਤਾਂ ਬੋਲ। ਓਏ ਸੋਏ, ਮੈਂ ਤੇਰੀ ਬਕਵਾਸ ਕਰ ਰਿਹਾ, ਤੇ ਮੈਂ ਕਿਹਾ ਠਹਿਰ ਜਾ, ਜਦੋਂ ਮੈਂ ਕਿਹਾ ਠਹਿਰ ਜਾ, ਹੁਣ ਠਹਿਰ ਜਾ, ਹੁਣ ਸੀਰੀਅਸ ਗੱਲ ਹੋ ਰਹੀ, ਕੰਮ ਦੀ ਗੱਲ ਹੋ ਰਹੀ ਹੈ। ਅੱਛਾ ਇਹ ਦੱਸ ਕੇ, ਯਾਨੀ ਕਿ ਸਹੀ? ਨਹੀਂ ਨਹੀਂ ਨਹੀਂ, ਇੰਗਲਿਸ਼ 'ਚ ਮੀਡੀਅਮ 'ਚ ਪੜ੍ਹਿਆ ਕਿੰਨੀਆਂ? ਜਿੱਦਾਂ ਮੈਂ ਜਿਹੜੀਆਂ ਪੰਜ ਮਾਤਾਂ ਪੜ੍ਹਿਆ ਨਾ ਪਹਿਲੀਆਂ, ਉੱਥੇ ਸਾਡੇ ਇੰਗਲਿਸ਼ ਨਹੀਂ ਸੀਗੀ। ਛੇਵੀਂ 'ਚ ਸਾਨੂੰ ਇੰਗਲਿਸ਼ ਲੱਗੀ, 6, 7, 8 ਤਿੰਨ ਮੈਂ ਕਲਾਸਾਂ ਇੰਗਲਿਸ਼ ਪੜ੍ਹਿਆ। ਤੂੰਕੱਚੀ 'ਚੋਂ ਇੰਗਲਿਸ਼ ਮੀਡੀਅਮ 'ਚ ਪੜ੍ਹਿਆ ਜਾਂ 4-5 ਉਰਦੂ ਸਕੂਲ ਦੂਜੇ 'ਚ? ਫਿਰ ਮੈਂ ਸਾਡੇ ਨਾ 24 ਦੇ ਵਿੱਚ, ਫਤਿਹ ਦੀ 24 ਦੇ ਵਿੱਚ ਸਕੂਲ ਆ, ਉੱਥੇ ਪੰਜ ਮੈਂ ਉੱਥੇ ਪੜ੍ਹਿਆ ਪ੍ਰਾਇਮਰੀ। ਉੱਥੇ ਇੰਗਲਿਸ਼ ਹੈ ਸੀ? ਨਹੀਂ, ਉੱਥੇ ਇੰਗਲਿਸ਼। ਹਾਂ, ਯਾਨੀ 6ਵੀਂ 7ਵੀਂ 8ਵੀਂ 9ਵੀਂ 'ਚ ਤੂੰ ਇੰਗਲਿਸ਼ ਪੜ੍ਹੀ ਹੈ ਥੋੜ੍ਹੀ ਬਹੁਤ ਜਿਹੜੀ ਵੀ? ਹਾਂ, ਲੇਕਿਨ ਹੁਣ ਮੈਂ ਤੂੰ ਇੱਥੇ ਸਾਡੇ ਕੋਲ ਆ ਜਾ, ਪੱਕਾ ਪੱਕਾ। ਡਿਊਟੀ ਇਹਦੀ 2 ਵਜੇ ਨੇ ਹੋਣਾ ਦੁਪਹਿਰ ਨੂੰ, ਉਸ ਤੋਂ ਬਾਅਦ ਅਸੀਂ 6 ਵਜੇ ਵਿਹਲੇ ਹੋ ਜਾਈਏ, 8 ਵਜੇ ਹੋ ਜਾਈਏ, 9 ਵਜੇ ਹੋ ਜਾਈਏ, 10 ਵਜੇ ਹੋ ਜਾਈਏ, 12 ਵਜੇ ਹੋਈਏ, 2 ਵਜਣ ਸੁਬਾਹ ਦੇ, 4 ਵਜਣ ਸਾਡੇ ਨਾਲ ਆ। ਕਿਸੇ ਟਾਈਮ ਸਾਨੂੰ, ਅਸੀਂ ਜਾਨੀ ਕਿ ਚਾਹ ਕਰੀਦਾ, 2-3 ਵੀ ਵੱਜ ਜਾਂਦੇ ਆ। ਕਿਸ ਟਾਈਮ ਅਸੀਂ 8-9 ਵਜੇ ਵੀ ਚੱਲ ਜਾਈਦਾ, ਕਿਸ ਟਾਈਮ 8-8 ਦਿਨ ਅਸੀਂ ਛੁੱਟੀਆਂ ਵੀ ਕਰ ਲਈ ਦੀਆਂ। ਇਸ ਟਾਈਮ ਕੀ ਟਾਈਮ ਹੋਇਆ ਵੀ ਦੱਸ ਦਿਓ। ਇਸ ਟਾਈਮ ਨਾਜ਼ਰੀਨ, ਮਤਲਬ ਤੁਸੀਂ ਹਿਸਾਬ ਲਾਓ, 4 ਵਜੇ ਨਹੀਂ, 2:50 ਦੇ, 2:00 2:50 ਨੇ ਸੁਬਾਹ ਦੇ, ਬਲਕਿ ਠੀਕ ਹੈ, ਹਾਂ 2:50। ਅਤੇ ਮੈਂ ਉਹਨੂੰ ਕਿਹਾ ਵੀ ਮਾਣਾ ਜੀ ਤੁਸੀਂ ਆਓ, ਤੂੰ ਮੇਰਾ ਵੀਰ ਆ, ਮਤਲਬ ਇਹ ਨਹੀਂ ਮੈਂ ਕਹਿ ਰਿਹਾ ਤੁਸੀਂ ਇਹ ਸਮਝਣਾ ਕਿ ਮੈਂ ਇਹਨੂੰ ਕੋਈ ਮਾੜਾ ਸਮਝ ਕੇ ਕਰਾਂ, ਭਰਾ ਸਮਝ ਕੇ, ਕਿ ਮੇਰਾ ਇੱਕ ਭਰਾ ਵਾ, ਚਲੋ ਮਤਲਬ ਮੈਂ ਇਹਦਾ ਪੂਰਾ ਖਿਆਲ ਰੱਖਾਂਗਾ, ਤੁਹਾਨੂੰ ਨਜ਼ਰ ਵੀ ਆਏਗਾ, ਹਰ ਚੀਜ਼ ਦੇ ਲਿਹਾਜ਼ ਨਾਲ ਨਜ਼ਰ ਆਏਗਾ ਕਿ ਯਾਰ ਇੱਕ ਭਰਾ ਮੇਰਾ। ਲੇਕਿਨ ਇਹ ਤੁਸੀਂ ਕਮੈਂਟ 'ਚ ਦੱਸਣਾ ਕਿ ਇਹਨੂੰ ਅਸੀਂ ਰੱਖੀ, ਮਤਲਬ ਇਹਨੂੰ ਆਉਣਾ ਚਾਹੀਦਾ ਨਾ ਸਾਡੇ ਕੋਲ ਕਿ ਨਹੀਂ, ਇਹ ਤੁਸੀਂ ਦੱਸਣਾ। ਅਤੇ ਤੁਸੀਂ ਨਾਂ ਕੀ? ਇਮਰਾਨ। ਕੀ ਨਾਂ? ਇਰਫਾਨ। ਤੁਸੀਂ ਮਾਨਾ ਨਹੀਂ ਕਹਿਣਾ, ਇਹਨੂੰ ਕਹਿਣਾ ਇਰਫਾਨ ਭਾਈ, ਕਹਿ ਕੇ ਅੱਗੇ ਤੁਸੀਂ ਇਹਨੂੰ ਇੱਕ ਮੈਸੇਜ ਦੇਣਾ, ਉਹ ਫਿਰ ਮੁਦੱਸਰ ਇਹਨੂੰ ਸਾਰੇ ਪੜ੍ਹਾਏਗਾ। ਬਲਕਿ ਮੈਂ, ਹਾਂ ਸੋਰੀ, ਮੈਂ ਇਸ ਤੋਂ ਤੈਨੂੰ ਪੜ੍ਹਾਇਆ ਤਾਂ ਪੁੱਛਿਆ ਸੀ, ਮੈਨੂੰ ਯਾਦ ਆ ਗਿਆ ਕਿ ਤੂੰ ਕਮੈਂਟਸ ਪੜ੍ਹ ਲਏਗਾ ਨਾ ਰੋਮਨ ਉਰਦੂ 'ਚ? ਰੋਮਨ ਉਰਦੂ ਪਤਾ ਕਿਹਨੂੰ ਕਹਿੰਦੇ? TUM ਤੁਮ, ਇਹ ਤਾਂ ਪੜ੍ਹ ਲੈਣਾ ਨਾ, ਇਸ ਤਰ੍ਹਾਂ ਮੈਸੇਜ ਲਿਖੀ, ਜਿੱਦਾਂ ਮੈਸੇਜ ਲਿਖੀਦਾ, ਮੈਂ ਤੁਹਾਨੂੰ ਹੁਣ ਪੜ੍ਹ ਕੇ, ਨਹੀਂ ਨਹੀਂ ਹੁੰਦਾ ਨਾ, ਪੜ੍ਹ ਲੈਣਾ। ਤੁਸੀਂ ਕਮੈਂਟਸ ਕਰਨਾ, ਤੂੰ ਦੇਖਣਾ ਇਸ ਵੀਡੀਓ ਦੇ ਥੱਲੇ ਕਮੈਂਟ ਜਿੱਥੇ ਲਿਖਿਆ ਹੋਣਾ ਇਰਫਾਨ ਭਾਈ, ਸਭ ਤੋਂ ਪਹਿਲੇ ਲਿਖਣਾ ਇਰਫਾਨ ਭਾਈ, ਉਹ ਤੂੰ ਅੱਗੇ ਪੜ੍ਹਨਾ ਵਾ ਕਿ ਲੋਕੀ ਤੈਨੂੰ ਕੀ ਕਹਿ ਰਹੇ ਨੇ। ਠੀਕ, ਜੇ ਤਾਂ ਲੋਕੀ ਤੈਨੂੰ ਕਹਿਣ ਕਿ ਨਹੀਂ ਜੀ ਇਰਫਾਨ ਭਾਈ ਤੁਸੀਂ ਆਓ ਇੱਥੇ, ਜਾਂ ਮਾਨਾ ਜੀ ਆਓ ਤੁਸੀਂ ਇੱਥੇ, ਫਿਰ ਤੂੰ ਆਪ ਦੇਖ ਲਈ। ਠੀਕ ਠੀਕ ਆ ਭੈਣ। ਲਓ ਜੀ, ਅਤੇ ਅਸਲ 'ਚ ਮੈਂ ਤੁਹਾਨੂੰ ਦੱਸਦਾ ਰੌਲਾ ਕਿ ਅੱਜ ਸੁਬਾਹ ਅਸੀਂ 9 ਵਜੇ ਤੁਹਾਨੂੰ ਦੱਸਿਆ ਨਾ, ਉਹ ਸੁਪੀਰੀਅਰ ਕਾਲਜ ਗਏ ਸਾਂ, ਸਿਟੀ ਕੈਂਪਸ, 9 ਵਜੇ ਦੇ ਆ ਦੋਵੇਂ ਆਏ ਨੇ, ਅਤੇ ਮੈਂ ਵੀ ਉੱਠਿਆ, ਇਹ ਵੀ ਨਾਲ, ਇਹ ਵੀ 9 ਵਜੇ ਦਾ ਆਇਆ ਅੱਜ, ਬਾਸ ਵੀ, ਅਤੇ ਸਾਰੀ ਦਿਹਾੜੀ ਅਸੀਂ ਉੱਥੇ ਇੱਕ ਚਾਏ ਥੋੜ੍ਹੀ ਜਿਹੀ ਪੀਤੀ ਹੈ ਮਾੜੀ ਜੀ, ਉਸ ਤੋਂ ਬਾਅਦ 2 ਵਜ ਗਏ ਨੇ, ਖਾਣਾ ਛਾਣਾ ਨਹੀਂ ਖਾਧਾ, ਮੈਂ ਥੋੜ੍ਹਾ ਜਿਹਾ ਵਿੱਚ ਚਾਰ ਚੁਰ ਲਿਆ, ਇਹਨਾਂ ਨੇ ਨਹੀਂ ਖਾਧਾ, ਅਤੇ ਆਪਣੇ ਉਹ ਸਮਾਨ ਨਹੀਂ ਜਿਹੜਾ ਆਪਣਾ ਭਰਾ ਕਬਾਬ ਸ਼ਾਲਾ, ਉਹਦੇ ਕੋਲੋਂ ਖਾਣਾ ਅਸੀਂ ਮੰਗਵਾਇਆ, ਬਲਕਿ ਉਹ ਆਪ ਲੈ ਕੇ ਆਇਆ, ਥੋੜੀ ਬਹੁਤੀ ਵੀ ਗੈਰਤ ਹੋਈ ਤੇ ਸਪੌਂਸਰ ਕਰਦੇ। ਬੇਟੇ 18 ਬੰਦਿਆਂ ਦੀ ਰੋਟੀ ਮੰਗਾ ਲਈ ਆ, ਇਸ ਤੋਂ ਵੱਡਾ ਕਿਹੜਾ ਗਿਫਟ ਆ? ਪਿਛਲੇ ਵੀ ਇੱਕ ਦਿਨ ਏਦਾਂ ਹੀ ਰੋਟੀ ਇਹਨੇ ਕੀਤਾ ਸੀ ਗਿਫਟ,
ਮੁੜ ਕੇ ਮੈਨੂੰ ਮਿਲਿਆ ਤਿੰਨ ਦਿਨ ਬਾਅਦ, ਕਹਿੰਦਾ ਭਾਅ ਤਿੰਨ ਦਿਨ ਘਰਦਿਆਂ ਨੇ ਮੈਨੂੰ ਕਿਹਾ ਤੂੰ ਬਾਹਰ ਸੌਣਾ, ਉਹਨਾਂ ਨੇ ਕਿਹਾ ਯਾਰੀ ਦੋਸਤੀ ਪਾਲਣੀ, ਇੱਕ ਦੋ ਰੋਟੀਆਂ ਤੇ ਪਾਲ ਤੂੰ ਮਾਮਾ, 18-18 ਬੰਦਿਆਂ ਦੀ ਰੋਟੀ ਦੇ ਕੇ ਆ ਜਾਂਦਾ, ਹਾਂਜੀ ਅੰਦਰ ਨੀ ਵੜਨ ਦਿੱਤਾ ਘਰਦੇ ਭਾਈ ਫੈਸਲ ਨਾਲ, ਉਹਨਾਂ ਨੂੰ ਬਹੁਤ ਪਿਆਰ ਹੈਗਾ ਵਾ, ਲੇਕਿਨ ਕਰਨ ਯਾਰ ਪਿਆਰ ਸਭ ਨੇ ਹੀ ਆ, ਦੋ ਦੋ ਘੰਟੇ ਉੱਠਦਾ ਨੀ, ਮਸ਼ਵਰੇ ਬਹੁਤ ਹੁੰਦਾ ਵਾ, ਸਭ ਤੋਂ ਵੱਡੀ ਬਰਾਦਰੀ ਹੈ ਸਾਡੀ ਸਾਜੀ ਭਾਈ, ਪਤਾ ਕੀ ਗੱਲ ਹੈ ਰਾਣਾ ਵਾ ਭਾਈ, ਮੁਗਲ ਆ ਮੁਗਲ, ਤੁਸੀਂ ਭਾਈ ਸਮਾਨ ਕੋ ਬੈਠੋਗੇ ਤੁਹਾਨੂੰ 10 ਮਿੰਟ ਬਾਅਦ ਇਦਾਂ ਲੱਗਣਾ ਕਿ ਅਸੀਂ ਬੇਵਕੂਫ ਜੇ ਆ, ਇਹ ਕਾਰੋਬਾਰ ਕਰੀਦਾ ਵਾ, ਦਿਹਾੜੀ ਨਹੀਂ ਕਰੀਦੀ, ਬਿਜ਼ਨਸਮੈਨ ਬਣੋ, ਇਹ ਨਹੀਂ ਕਰੀਦਾ, ਇਹ ਕਰੋ, ਬੰਦਾ ਸਮਝਦਾ ਮੈਂ ਪਤਾ ਨਹੀਂ ਪਾਗਲ ਆ ਯਾਰ, ਅੰਬਾਨੀ ਦੇ ਗਰੁੱਪ ਦੇ ਐਡਮਨ ਆ, ਹਾਂ ਕਸਮ ਤੋਂ ਆਉਂਦਾ ਅਗਲੇ ਬੰਦੇ ਨੂੰ ਯਾਰ ਕੰਮ ਛੱਡ ਦੇ, ਉਹ ਦਿਹਾੜੀਆਂ ਤੂੰ ਨਹੀਂ ਛੱਡ ਦੇ, ਮੈਨੂੰ ਆਰਟਿਸਟ ਤੋਂ ਆ ਕੀ ਆ ਇੰਨੀ ਤਨਖਾਹ, ਅੱਗੇ ਕਿੱਦਾਂ ਵਧਣਾ ਮਾਰ ਕੇ ਤਾ ਜੀ, ਹਰ ਹੋਟਲ ਤੇ ਮੰਗਣ ਵਾਲਾ ਹੁੰਦਾ, ਉਹਨਾਂ ਦੇ ਹੋਟਲ ਤੇ ਮੰਗਣ ਵਾਲਾ ਹੈ ਨਹੀਂ, ਇੰਨੀ ਬਹਿਸ ਕਰਦੇ ਬਿਠਾ ਤਾ ਕੁਝ ਹਾਂ ਸੁਣ ਲਵੋ ਮੈਂ ਕੀ ਕਹਿਣ ਡਿਆ, ਮੈਂ ਕਿਹਾ ਉਹਨਾਂ ਦਾ ਹੋਟਲ ਵਾ ਤੇ ਸਾਨੂੰ ਬੈਠਾ ਸਿਆਰਿਆਂ ਦਾ ਇਲਮ ਦੱਸ ਦਿਆ, ਮਾਲਿਆ ਸਿੰਘ ਗੱਲ ਸੁਣ, ਮਾਲਿਆ ਸਿੰਘ ਗੱਲ ਇਹ ਆ, ਮੰਗਰ ਲੈ ਤੇ ਕਰ ਲਾ, ਉਸ ਤੋਂ ਬਾਅਦ ਮੈਂ ਤੇਰੇ ਤੋਂ ਬਹੁਤਾ ਮੈਂ ਇਹ ਗੱਲਾਂ ਕਰਨੀਆਂ, ਜਿਹੜੀਆਂ ਉਹਨਾਂ ਨੇ ਕੀਤੀਆਂ ਉਹ ਵੀ ਉਹਨਾਂ ਦੇ ਖਿਲਾਫ ਕੀਤੀਆਂ ਵਾ, ਆ ਟੋਪੀ ਲਾਓ ਥੋੜਾ ਜਿਹਾ ਹੋਸ਼, ਬੜੇ ਅੱਛੇ ਨੇ, ਹੁਣ ਹੁਣ ਦੇਖੋ ਮੇਰੀ ਗੱਲ ਸੁਣੋ, ਉਹ ਬੰਦਾ ਵੀ ਬੜਾ ਨਾਈਸ ਆ, ਉਹ ਜਦੋਂ ਗੱਲ ਕਰਦਾ ਉਹ ਅੱਛੀ ਕਰਦਾ, ਹਾਂ ਸਹੀ ਗੱਲ, ਬਸ ਇਹਨੇ ਕੋਈ ਗੱਲ ਕਰਨੀ ਸੀ, ਚਲੋ ਠੀਕ ਆ, ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ, ਇਹਦੇ ਇੱਕ ਗੱਲ ਇਹ ਹੈ ਕਿ ਨਾਜ਼ਰੀਨ ਨੂੰ ਚੱਕਰ ਆਉਣ ਦਾ ਖਿਆਲ ਰੱਖੋ, ਆਵੇ ਨਾਜ਼ਰੀਨ ਤਕੜੇ ਨਹੀਂ ਰਹਿੰਦੇ, ਯਾਰ ਮਾਨੇ ਮੈਂ ਤੈਨੂੰ ਕਹਿ ਰਿਹਾ ਯਾਰ ਤੂੰ ਮਾਨੇ ਆਪਣਾ ਖਿਆਲ ਰੱਖਿਆ ਕਰ, ਇਹਦਾ ਮਤਲਬ ਇਹ ਹੈ ਕਿ ਤੂੰ ਖਾਣ ਪੀਣ ਤੇ ਰੱਖਣਾ ਤੇ ਤੂੰ ਹੈ ਨਹੀਂ, ਰੱਖਣਾ ਉਹਨਾਂ ਨੇ ਵੀ ਨਹੀਂ, ਲੇਕਿਨ ਇੱਕ ਚੀਜ਼ ਕਹਿਣੀ, ਕੀ ਖਿਆਲ ਹੈ ਕਿ ਤਾਂ ਲੰਗੜੀ ਮਾਝ ਰੱਖੀਆਂ ਖੇਡੀਆਂ ਲਿਖੀਆਂ, ਮਾਨਾ ਜੀ ਸ਼ੋ ਖਤਮ ਹੋਣ ਵਾਲਾ, ਮੈਂ ਸਭ ਬੜੋਚਾ ਫਿਰ ਉਹੀ ਬਕਵਾਸ ਕਰ ਪਿਆ, ਕੀ ਲਿਖ ਬਦਤਮੀਜ਼ੀ, ਆਹ ਗੱਲ ਕਰਦਾ ਤੂੰ, ਮੈਂ ਇਧਰੋਂ ਮਾਰਨੀ ਉਧਰੋਂ ਮਾਰਨੀ, ਗੈਸਟ ਆ ਉਹੀ ਪੇਂਟ ਆ ਪੂਣਾ ਤੂੰ, ਚਲੋ ਅੱਛਾ ਚੱਲ ਕੋਈ ਗੱਲ ਨਹੀਂ, ਗੁੱਸਾ ਵਾ ਤੇਰਾ ਖੂਨ ਗਰਮ, ਅੱਛਾ ਕੋਈ ਗੱਲ ਨਹੀਂ ਭਾਈ, ਫਾਨ ਗੁੱਸਾ ਨਹੀਂ ਕਰਨਾ, ਬੜਾ ਨਵੀਨਾ ਕੁੱਕੜ ਹੁੰਦਾ ਵਾ, ਕੋਈ ਗੱਲ ਨਹੀਂ, ਜਾਣਦੇ ਹੋ ਪਤਾ, ਯਾਰ ਭਾਈ ਮਾਨੇ ਆ ਮੈਨੂੰ ਪਸੀਨਾ ਆ ਰਿਹਾ, ਕੋਈ ਅੱਛਾ ਗਾ ਯਾਰ ਇੱਕ ਮਿੰਟ, ਮੈਂ ਹਾਂ ਹਾਂ ਨਾ ਉਹ ਦੇਖੀ ਸਭ ਤਰਜਮਾ ਕਰਨ ਡਿਆ, ਭਾਈ ਫਾਨੇ ਇੱਕ ਚੁੱਕ ਛੋਟੀ ਘੰਟੇ ਦਾ ਕੈਲੰਡਰ ਹੁੰਦਾ, ਸਿਰਫ ਇੱਕ ਘੰਟੇ ਦਾ, ਅੱਛਾ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ, ਗਰਮੀ ਤੇ ਬਹੁਤ ਜ਼ਿਆਦਾ, ਅਸੀਂ ਹੁਣ ਥੋੜਾ ਲੰਗਰ ਕਰ ਲਈਏ ਤੇ ਨਾਲੇ ਇਹਦਾ ਵੀ ਦੱਸ ਦੇਣਾ, ਔਰ ਇੱਕ ਹੋਰ ਗਾਣਾ ਉਹਨਾਂ ਕੋ ਸ਼ਾਨ ਭਾਈ ਕੋ, ਇੱਕ ਹੋਰ ਗਾਣਾ ਸੁਣ ਕੇ ਤੁਸੀਂ ਤੇ ਫਿਰ ਕਮੈਂਟਸ ਕਰਨੇ ਨੇ ਜਾਣਾ, ਔਰ ਆਪਣਾ ਬਹੁਤ ਖਿਆਲ ਰੱਖੋ ਇਨਸ਼ਾਅੱਲਾ, ਔਰ ਇਸ ਮੁਲਕ ਲਈ ਬਹੁਤ ਸਾਰੀਆਂ ਦੁਆਵਾਂ ਜਿਹਦੀ ਵਜ੍ਹਾ ਤੋਂ ਅਸੀਂ ਅੱਜ ਇਕੱਠੇ ਹੋਏ ਹਾਂ, ਜਿਹਦਾ ਸਾਰਾ ਝੰਡੇ ਅਸੀਂ ਫੜੇ ਨੇ, ਕਿੱਲਾ ਪਾ ਕੇ ਦਿੱਤੇ, ਜਿਹੜੀਆਂ ਪਰੇਸ਼ਾਨੀਆਂ ਨੇ, ਜਿਸ ਕ੍ਰਾਈਸਿਸ 'ਚੋਂ ਗੁਜ਼ਰ ਰਿਹਾ, ਜਿਹੜੇ ਹਾਲਾਤ ਨੇ ਉਹਨਾਂ 'ਚੋਂ ਸਾਨੂੰ ਕੱਢੇ, ਸਾਨੂੰ ਖੁਸ਼ਹਾਲ ਕਰੇ, ਔਰ ਮੈਂ ਦੇਖੋ ਨਾ ਹੋਣਾ ਨਹੀਂ ਹੋਣਾ ਇਕੱਲਾ ਦਾ ਗੱਲ ਆ, ਸਤਾਹ ਜੀ ਤੁਸੀਂ ਮੈਂ ਪਿਛਲੀ ਵੱਡੀ 'ਤੇ ਕਿਹਾ ਸੀ ਨਾ, ਇਸ ਜਿਹੜੀ ਵੱਡੀ ਗੁਜ਼ਰੀ ਨੇ ਇਸ ਤੋਂ ਪਿਛਲੀ ਨੇ, ਮੈਂ ਕਿਹਾ ਸੀ ਲਓ ਜੀ ਅਗਲੀ ਵੱਡੀ ਤੱਕ ਪਾਕਿਸਤਾਨ ਦੇ ਹਾਲਾਤ ਬਹੁਤ ਬਿਹਤਰ ਹੋ ਜਾਣਗੇ, ਇਹ ਮੈਂ ਕਿਹਾ ਸੀ ਨਾ, ਹਾਂਜੀ ਚਲੋ ਮੰਨਿਆ ਨਹੀਂ ਹੋਏ, ਲੇਕਿਨ ਇੰਟਰਨਲੀ ਤੁਸੀਂ ਦੇਖੋਗੇ ਨਾ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਗੇਮ ਪੈਣ ਵਾਲੀ ਹੈ ਉਸਤਾਦ ਜੀ, ਹੋਣੇ ਨੇ, ਅੱਛਾ ਦੂਸਰੀ ਗੱਲ ਨਾ ਵੀ ਹੋਣ, ਸਾਲ ਤੇ ਉਮੀਦ 'ਚ ਅੱਛਾ ਲੰਘ ਗਿਆ ਨਾ, ਕਿ ਲਓ ਜੀ ਜਾਨੀ ਨੇ ਕਿਹਾ ਹੋਣ, ਮੈਨੂੰ ਕਿਹਾ ਜਾਨੀ ਭਾਈ ਤੁਸੀਂ ਕਿਹਾ, ਮੈਂ ਕਿਹਾ ਹੋਣਗੇ, ਤੇ ਇਨਸ਼ਾਅੱਲਾ ਅਗਲੀ 14 ਅਗਸਤ 'ਤੇ ਤੁਸੀਂ ਦੇਖਣਾ ਦੁੱਖ ਦੂਰ ਹੋ ਜਾਣਗੇ, ਹਾਂ ਜੋ ਮਰਜ਼ੀ ਹੋਵੇ ਯਾਰ ਸਾਨੂੰ ਕੋਈ ਗਰਜ਼ ਨਹੀਂ, ਸਾਨੂੰ ਤੇ ਹਾਲਾਤ ਅੱਛੇ ਚਾਹੀਦੇ, 14 ਅਗਸਤ 'ਤੇ ਵੀ ਕੇਕ ਹੋਣੀ ਆ ਜੀ, ਠੀਕ ਹੈ ਭਾਅ ਜੀ,
ਸਾਰੇ ਦੁਆ ਕਰਨਾ ਆਪਣੇ ਮੁਲਕ ਲਈ ਔਰ ਜਿਹੜੇ ਸਾਡੇ ਨਾਲ ਦੇ ਹਮਸਾਏ ਮੁਲਕ ਸਾਡਾ ਚੜ੍ਹਦਾ ਪੰਜਾਬ ਇੱਧਰ ਉੱਧਰ ਉਹਨਾਂ ਦੀ ਵੀ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਆਪਣਾ ਉਹ ਵੀ ਖਿਆਲ ਰੱਖਣ ਕਿਉਂਕਿ ਉਹਨਾਂ ਦੇ 15 ਅਗਸਤ ਸੀ ਹਾਂਜੀ ਹੈ ਨਾ ਕੱਲ੍ਹ ਉਹਨਾਂ ਦਾ ਕੱਲ੍ਹ ਅਸੀਂ ਵੀ ਅਪਲੋਡ ਕੀਤਾ ਸ਼ੋਅ ਜਨਾਬ ਜੀ ਠੀਕ ਹੈ ਨਾ ਉਹ ਵੀ ਤੁਸੀਂ ਦੇਖਣਾ ਅਤੇ ਅਸੀਂ ਹੁਣ ਲੰਗਰ ਕਰ ਲਈਏ ਰੱਬ ਰੱਖਾ ਜੀ ਮਿਲਾ